ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਜਿਹੜਾ ਐਲਾਈਅੰਸ ਆ ਉਹ ਟੁੱਟ ਚੁੱਕਿਆ ਹੈ। ਕਾਲੀ ਦਲ ਜਿਹੜਾ ਉਹ ਵੱਖਰੇ ਤੌਰ ਤੇ ਜਿਹੜੀਆਂ ਸੀਟਾਂ ਨੇ ਉਹ ਲੜੇਗਾ। ਭਾਜਪਾ ਇਲੈਕਸ਼ਨ ਪੰਜਾਬ ਦੇ ਵਿੱਚ ਅਕੱਲਿਆਂ ਲੜੇਗੀ। ਤਾਂ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਕਿਸੇ ਸਮੇਂ 34% ਵੋਟ ਸ਼ੇਅਰ ਸੀ। ਭਾਜਪਾ ਨੂੰ ਪੰਜਾਬ ਨਾਲ ਕੋ ਬਹੁਤਕ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਦੀ। ਜਦੋਂ ਵੀ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਆਈ ਹੈ। ਹੂੰ। ਤੇ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਜ਼ਰੂਰ ਹੋਇਆ ਸੁਖਦੇਵ ਸਿੰਘ ਢੀਡਸਾ ਸੰਗਰੂਰ ਤੋਂ ਹਾਰ ਜਾਂਦੇ ਸੀ ਪਰ ਉਹਨਾਂ ਨੂੰ ਸਿੱਧਾ ਰਾਸਵਾ ਲੈ ਕੇ ਜਾਂਦੇ ਸੀ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਸਰਜੀਤ ਸਿੰਘ ਰਖੜਾ ਕੈਬਨਿਟ ਮੰਤਰੀ ਹੁੰਦੇ ਸੀ ਰਮਨੀਤ ਬਿੱਟੂ ਤੇ ਉਹ 5 ਮਿੰਟ ਜੀ ਚਲੇ ਜਾਣਗੇ ਭਾਜਪਾ ਚ ਜੋ ਭਾਜਪਾ ਦੇ ਖਿਲਾਫ ਬੋਲ ਰਹੇ ਸੀਗੇ ਆਮਾ ਦੀ ਪਾਰਟੀ ਖਿਲਾਫ ਬੋਲ ਰਹੇ ਸੀਗੇ ਉਹ ਤੇ ਕੱਲ ਉਹਨਾਂ ਪਤਾ ਹੀ ਉਦੋਂ ਲੱਗਿਆ ਕਿ ਉਹ ਸ਼ਾਮ ਨੂੰ ਉਹ ਬੀਜੇਪੀ ਸ਼ਾਮਲ ਹੋਗੇ ਇਹ ਜਿਹੜੀ ਸੰਗਰੂਰ ਸ਼ੀਟ ਹੈ ਉਹ ਢੀਂਡਸਾ ਪਰਿਵਾਰ ਨੂੰ ਮਿਲੇਗੀ। ਪਾਰਟੀ ਦਾ ਜਿਹੜਾ ਤੁਹਾਡਾ ਵੋਟ ਬੈਂਕ ਆ 33% ਤੋਂ ਨੀਚੇ ਘਟ ਕੇ 20% ਤੇ ਆ ਗਿਆ ਹਨਾ। ਤੁਸੀਂ ਬਠਿੰਡੇ ਜਾ ਕੇ ਦੇਖੋਗੇ ਤਾਂ ਬਠਿੰਡੇ ਦਾ ਇੱਕ ਚੰਡੀਗੜ੍ਹ ਵਰਗਾ ਸ਼ਹਿਰ ਬਣਿਆ ਹੋਇਆ। ਤੇ ਬਠਿੰਡੇ ਦੇ ਬਹੁਤ ਕਾਫੀ ਜਿਹੜੀ ਡਿਵੈਲਪਮੈਂਟ ਹੋਈ ਆ ਬਠਿੰਡੇ ਹੋਈ ਆ ਉਹ ਕੋਈ ਬਾਦਲ ਪਰਿਵਾਰ ਨੇ ਕਰਾਈ ਆ। ਕਿਸਾਨਾਂ ਦਾ ਵੀ ਮੁੱਦਾ ਹੈਗਾ ਉਹ ਵੀ ਇੱਕ ਵੱਡਾ ਜਿਹੜਾ ਦੇਖ ਕੇ ਚੱਲ ਰਿਹਾ ਅਕਾਲੀ ਦਲ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਫਿਰ ਮੋੜ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਚਰਚਾ ਕਰਾਂਗੇ ਕਿਉਂਕਿ ਵਿਸ਼ੇਸ਼ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ ਜਿਹੜਾ ਐਲਾਈਅੰਸ ਆ ਉਹ ਟੁੱਟ ਚੁੱਕਿਆ ਹੈ। ਕਿਉਂਕਿ ਹੁਣ ਅਕਾਲੀ ਦਲ ਜਿਹੜਾ ਉਹ ਵੱਖਰੇ ਤੌਰ ਤੇ ਜਿਹੜੀਆਂ ਸੀਟਾਂ ਨੇ ਉਹ ਲੜੇਗਾ। ਅਸੀਂ ਅੱਜ ਜਿਹੜੀ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਆਇਆ ਵੀ ਕਿਹੜੇ-ਕਿਹੜੇ ਸ਼ਹਿਰ ਤੋਂ ਕਿਹੜੇ-ਕਿਹੜੇ ਉਮੀਦਵਾਰ ਜਿਹੜੇ ਨੇ ਉਹ ਹੋ ਸਕਦੇ ਨੇ ਅਕਾਲੀ ਦਲ ਦੇ ਪੂਰੀ ਚਰਚਾ ਕਰਾਂਗੇ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਬੋਲਦਾ ਪੰਜਾਬ ਦਾ ਜੀ ਮੇਰੇ ਸਹਿਯੋਗੀ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਰ ਬਾਲਾ ਜੀ ਸੱਸੀ ਕਾਲ ਜੀ ਰਬਾਲਾ ਜੀ ਕੀ ਰਿਪੋਰਟ ਲੈ ਕੇ ਆਇਆ ਹੋ ਕਿਉਂਕਿ ਅਕਾਲੀ ਦਲ ਜਿਹੜਾ ਹੁਣ ਅਲੱਗ ਸੀਟਾਂ ਲੜੇਗਾ ਥੋੜੀ ਆਪਾਂ ਚੋਲਾ ਤੇ ਜ਼ਿਕਰ ਕਰਦੇ ਆਂ ਉਹਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਅਮਰਜੀਤ ਕੱਲ ਤੱਕ ਤਾਂ ਇਹ ਜਿਹੜੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀਲ ਤੇ ਭਾਰਤੀ ਜਨਤਾ ਪਾਰਟੀ ਕਲਿਆਮ ਲੋਕਾਂ ਵੱਲੋਂ ਨਹੀਂ ਹੁੰਦੇ ਜਿਹੜੇ ਹੇਠਲੇ ਪੱਧਰ ਦੇ ਲੀਡਰ ਐ ਮਤਲਬ ਕਿ ਟੋਟਲ ਜਿਹੜੇ ਆਲ ਓਵਰ ਲੀਡਰ ਐ ਜਾਂ ਵਰਕਰ ਐ ਵਲੰਟੀਅਰ ਐ ਜਿੰਨੇ ਵੀ ਆ ਕੋ ਹਨਾ ਸਾਰਿਆਂ ਵੱਲੋਂ ਇਹ ਕਿਆਸਰਾਈਆਂ ਸੀਗੀਆਂ ਕਿ ਕਦੋਂ ਗੱਠਜੋੜ ਹੋਏਗਾ ਤੇ ਕਿਹੜੀ ਜਗ੍ਹਾ ਤੇ ਕਿਸ ਪਾਰਟੀ ਦਾ ਉਮੀਦਵਾਰ ਹੋਏਗਾ ਠੀਕ ਐ ਕਿਸ ਪਟਿਆਲੇ ਕੋਣ ਹੋਏਗਾ ਬਠਿੰਡੇ ਕੋਣ ਹੋਏਗਾ ਲੁਧਿਆਣੇ ਕੋਣ ਹੋਏਗਾ ਔਰ ਉਹ ਟਿਕਟਾਂ ਜਿਹੜੀ ਕਿਹਦੇ ਖਾਤੇ ਚਾਹੀਏ ਜੇਕਰ ਆਪਾਂ ਗੱਲ ਕਰੀਏ ਕੱਲ ਤੋਂ ਬਾਅਦ ਦੀ ਕ ਪਾਪ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆਉਂਦਾ ਹੈ ਕਿ ਹੁਣ ਬੀਜੇਪੀ ਇਲੈਕਸ਼ਨ ਪੰਜਾਬ ਦੇ ਵਿੱਚ ਇਕੱਲਿਆਂ ਲੜੇਗੀ ਤਾਂ ਤੁਰੰਤ ਕਈ ਲੀਡਰਾਂ ਦਾ ਚਿਹਰੇ ਖੜ ਗਏ ਅਕਾਲੀ ਦਲ ਦੇ ਕਿਉਂਕਿ ਜਿਨ੍ਹਾਂ ਨੂੰ ਇਹ ਸੀਗਾ ਕਿ ਸਾਨੂੰ ਸ਼ਾਇਦ ਟਿਕਟ ਮਿਲੇਗੀ ਨਹੀਂ ਮਿਲੇਗੀ ਸ਼ਾਇਦ ਇਹ ਜਿਹੜੀ ਸ਼ੀਟ ਹੈ ਬੀਜੇਪੀ ਦੇ ਖੇਮੇ ਚਲੀ ਜਾਏਗੀ ਉਹਨਾਂ ਨੇ ਚਿਹਰੇ ਖੜ ਗਏ ਤੇ ਜਿਹੜੀ ਜਗ੍ਹਾ ਦੇ ਉੱਪਰ ਬੀਜੇਪੀ ਦਾ ਘੜ ਸੀਗਾ ਤੇ ਉਥੇ ਪਤਾ ਸੀ ਕਿ ਅਕਾਲੀਵਾਲਾ ਸ਼ਾਇਦ ਕੋਈ ਲੀਡਰ ਹੈ ਹੀ ਨਹੀਂ ਜਾਂ ਮੰਨ ਲਓ ਕੋਈ ਏਦਾਂ ਦਾ ਕੋਈ ਸਿਰ ਕੱਟ ਵੱਡਾ ਲੀਡਰ ਨਹੀਂ ਹੈਗਾ ਅਕਦਾਵਰ ਨੇਤਾ ਜਿਹੜਾ ਦੂਜੀਆਂ ਪਾਰਟੀਆਂ ਦਾ ਸਾਹਮਣਾ ਕਰ ਸਕੇ ਤਾਂ ਉਥੇ ਕਿਤੇ ਨਾ ਕਿਤੇ ਕਿਸੇ ਲੀਡਰ ਦੀ ਬਲੀ ਜੇ ਆਪਾਂ ਕਹਿ ਰਹੇ ਹਾਂ ਤਾਂ ਪੰਜਾਬੀ ਗੱਲ ਇਹ ਬਲੀ ਜ਼ਰੂਰ ਹੈਗੀ ਹੁਣ ਜੇਕਰ ਆਪਾਂ ਅਕਾਲੀ ਦਲ ਦੀ ਇੱਕ ਪਿੱਛੇ ਜੇ ਝਾਤ ਮਾਰੀਏ ਤਾਂ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਕਿਸੇ ਸਮੇਂ 34% ਵੋਟ ਸ਼ੇਅਰ ਸੀਗਾ ਪੰਜਾਬ ਦੇ ਵਿੱਚ ਤੇ ਜਦੋਂ 2022 ਦੀਆਂ ਚੋਣਾਂ ਹੁੰਦੀਆਂ ਨੇ ਤਾਂ ਚੋਣਾਂ ਤੋਂ ਬਾਅਦ ਜਿਹੜਾ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਸ਼ੇਅਰ ਆ ਪੰਜਾਬ ਦੇ ਵਿੱਚ ਉਹ ਬਿਲਕੁਲ ਗਿਰ ਕੇ ਇੱਕਦਮ 20% ਜਿਹੜਾ ਹੈਗਾ ਲਗਭਗ ਉਹ ਰਹਿ ਜਾਂਦਾ ਤੇ 14% ਜਿਹੜਾ ਹੈਗਾ ਉਹ ਆਪਾਂ ਸਿੱਧੇ ਗੱਲ ਕੀਤੀ ਜਾਵੇ ਕਿਉਂਕਿ ਬੇਦਬੀ ਇਸ਼ਵੀ ਬਹੁਤ ਹੋਏ ਨੇ ਜੋ ਡੇਰਾ ਸਰਸਾ ਮੁਖੀ ਨੂੰ ਮਾਫੀ ਵੀ ਦਿੱਤੀ ਗਈ ਆ ਤਾਂ ਇਸ ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਕਿੰਝ ਜਿਹੜਾ ਇਸ਼ੂ ਆਇਆ ਨੇ ਸਾਹਮਣੇ ਉਹ ਰੋਜ਼ ਪੈ ਜਾ ਰਹੇ ਸੀ ਉਹਦੇ ਕਰਕੇ ਜਿਹੜਾ ਬੋਰਡ ਬੈਂਕ ਦਾ ਅਸਰ ਪਿਆ ਬਿਲਕੁਲ ਖਾਸ ਕਰਕੇ ਪੰਥ ਖਾਲਕੇ ਆਂਦੇ ਵਿੱਚ ਤੇ ਇੱਕ ਨੈਗੇਟਿਵ ਚਰਚਾ ਜਿਹੜੀ ਉਹ ਸ਼ੁਰੂ ਹੋ ਗਈ ਸੀ ਕਿ ਜਿਹੜੀਆਂ ਪੰਜਾਬ ਦੇ ਵਿੱਚ ਬੇਦਵੀਆਂ ਹੋਈਆਂ ਨੇ ਇੱਕ ਬੇਦਵੀਆਂ ਘਟਨਾਵਾਂ ਹੋਈਆਂ ਨੇ ਚਾਹੇ ਜਵਾਰਕੇ ਦੀ ਘਟਨਾ ਹੈਗੀ ਆ ਕੋਟਪੂਰੇ ਦੀ ਘਟਨਾ ਹੈਗੀ ਆ ਚਾਹੇ ਡੇਰਾ ਸਰਸਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ ਬਿਲਕੁਲ ਲਾਈ ਗਈ ਹੈ ਹੈਨਾ ਉਹਦੇ ਵਿੱਚ ਤੇ ਉਸ ਤੋਂ ਇਲਾਵਾ ਕਈ ਜਿਹੜੀਆਂ ਪੰਜਾਬ ਦੇ ਵਿੱਚ ਡੇਰਾ ਮੁਖੀ ਦੇ ਖਿਲਾਫ ਜਦੋਂ ਕੋਈ ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਕੋਈ ਪ੍ਰੋਟੈਸਟ ਕਰਦੀਆਂ ਸੀਗੀਆਂ ਪ੍ਰਦਰਸ਼ਨ ਕਰਦੀਆਂ ਸੀਗੀਆਂ ਤਾਂ ਉਹਨਾਂ ਨੂੰ ਰੋਕਣਾ ਜਾਂ ਮੰਨ ਲਓ ਪੰਜਾਬ ਦੇ ਵਿੱਚ ਜਿਹੜੇ ਡੇਰਾ ਮੁਖੀ ਦੀਆਂ ਜਿਹੜੀਆਂ ਨਾਮ ਚਰਚਾ ਜਿਹਨੂੰ ਕਹਿੰਦੇ ਆ ਉਹ ਜਦੋਂ ਉਹ ਹੁੰਦੀ ਸੀਗੀ ਤੇ ਉਹਨਾਂ ਨੂੰ ਰੋਕਣਾ ਕਿੱਥੇ ਕਿੱਥੇ ਪੰਜਾਬ ਵਿੱਚ ਇਦਾਂ ਫਿਲਮ ਇਦਾਂ ਦੀਆਂ ਫਿਲਮਾਂ ਵੀ ਆਈਆਂ ਨੇ ਜਿੱਦਾਂ ਜਿਹੜਾ ਵਿਰੋਧ ਵੀ ਹੋਇਆ ਬੇਸ਼ੱਕ ਉਹ ਸ਼੍ਰੋਮਿੰਗ ਦੁਆਰਾ ਪਰੰਪਰ ਤੱਕ ਕਮੇਟੀ ਨੇ ਧਾਰਮਿਕ ਫਿਲਮਾਂ ਨੂੰ ਜਿਹੜਾ ਪ੍ਰਵਾਨ ਵੀ ਦਿੱਤੀ ਗਈ ਆ ਪਰ ਕਿਤੇ ਨਾ ਕਿਤੇ ਜਿਹੜਾ ਉਹਦਾ ਅਸਰ ਵੀ ਜਿਹੜਾ ਉਹ ਕਾਲੀ ਦਲ ਨੂੰ ਦੇਖਣ ਨੂੰ ਮਿਲਿਆ ਜੀ ਹਾਂ ਬਿਲਕੁਲ ਪੰਜਾਬ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਿਆ ਪਰ ਕਿਤੇ ਨਾ ਕਿਤੇ ਜਿਹੜਾ ਇਹਦਾ ਇੱਕ ਬਹੁਤ ਵੱਡਾ ਘਾਟਾ ਜਿਹੜਾ ਕਾਲੀ ਦਲ ਨੂੰ ਪੈਗਾ ਦੇਖੋ ਭਾਜਪਾ ਨੂੰ ਤਾਂ ਚਲੋ ਇੱਕ ਕੇਂਦਰੀ ਪਾਰਟੀ ਆ ਵੱਡੀ ਪਾਰਟੀ ਆ ਭਾਜਪਾ ਤੇ ਭਾਜਪਾ ਨੂੰ ਪੰਜਾਬ ਨਾਲ ਕੋ ਬਹੁਤਾ ਕੋ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਨਹੀਂ ਔਰ ਉਹ ਮੰਦੇ ਵੀ ਹੈ ਨਹੀਂਗੇ ਜਿਹੜੀ ਪੰਜਾਬ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹੈ ਉਹ ਕਿਤੇ ਨਾ ਕਿਤੇ ਦੇ ਸ਼ਰੋਮਣੀ ਕਾਲੇ ਵਾਲੇ ਨੂੰ ਜਰੂਰ ਜਿਹੜਾ ਨੁਕਸਾਨ ਹੋਇਆ ਕਿਉਂ ਕਿ ਕਿਉਂਕਿ ਜਦੋਂ ਵੀ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ ਹੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਜ਼ਰੂਰ ਹੋਇਆ ਸਿਆਸੀ ਫਾਇਦਾ ਬਹੁਤ ਹੋਇਆ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਜਦੋਂ ਵੀ ਕੋਈ ਨਾ ਕੋਈ ਐਮਪੀ ਦਾ ਇਲੈਕਸ਼ਨ ਹੁੰਦਾ ਸੀਗਾ ਸੁਖਦੇਵ ਸਿੰਘ ਢੀਡਸਾ ਸੰਗਰੂਰ ਤੋਂ ਹਾਰ ਜਾਂਦੇ ਸੀ ਪਰ ਉਹਨਾਂ ਨੂੰ ਸਿੱਧਾ ਰਾਸਵਾਂ ਲੈ ਕੇ ਜਾਂਦੇ ਸੀ ਹਨ ਕਈ ਜਿਹੜੇ ਹਾਰੇ ਜਿਹੜੇ ਨੇ ਉਹ ਕਿਸੇ ਦਾ ਰਾਸਵਾਂ ਦੇ ਵਿੱਚ ਪਹੁੰਚ ਜਾਂਦੇ ਸੀ ਉਹਨੇ ਇੱਕ ਲਾਟਰੀ ਜਿਹੜੀ ਹੈਗੀ ਉਹ ਲਾਇਆ ਤੁਰੰਤ ਤੁਰੰਤ ਰਾਸਵਾਂ ਇਸ ਤੋਂ ਬਾਅਦ ਨਰੇਸ਼ ਗੁਜਰਾਲ ਕਿੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਉਹ ਰਾਸਵਾਂ ਮੈਂਬਰ ਰਹੇ ਨੇ ਉਹ ਇੱਕ ਉਹ ਕੇਂਦਰ ਦੀ ਬੀਜੇਪੀ ਸਰਕਾਰ ਦੀ ਹੀ ਦਿਨ ਰਹੀ ਹੈ ਔਰ ਦੂਜੀ ਗੱਲ ਉਸ ਤੋਂ ਇਲਾਵਾ ਜ ਦੇ ਆਪਣੇ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਧਰਮ ਪਤਨੀ ਹੈ ਪਰ ਸਿਮਰਪੁਰ ਬਾਦਲ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਜਦ ਕਿ ਬੀਜਪੀ ਜਾਂ ਜਦੋਂ ਸੁਖਵੀਰ ਜੀ ਕਰ ਗੱਲ ਕੀਤੀ ਜਾਵੇ ਪ੍ਰਕਾਸ਼ ਸਿੰਘ ਬਾਦਲ ਦੀ ਜੋੜ ਹੁੰਦੇ ਸੀ ਤਾਂ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਸਾਂਝ ਸੀ ਤਾਂ ਦੇ ਦੇ ਪ੍ਰਧਾਨ ਮੰਤਰੀ ਨਾਲ ਵੀੜਾ ਗੁੜੀ ਸਾਂਝ ਸੀ ਤਾਂ ਕਿਤੇ ਨਾ ਕਿਤੇ ਇਹਦਾ ਪਰਿਵਾਰ ਨੂੰ ਵੀ ਜ਼ਿਕਰ ਕਰ ਕੀਤੀ ਜਾਵੇ ਤਾਂ ਕੇਂਦਰ ਦੇ ਜਿਹੜਾ ਉਦ੍ਹਾ ਦਿੱਤਾ ਜਾਂਦਾ ਸੀ ਜਾਂ ਰਾਜ ਸਭਾ ਦੇ ਵਿੱਚ ਉਦ੍ਹਾ ਦਿੱਤਾ ਜਾਂਦਾ ਸੀ ਤਾਂ ਸਾਰੀ ਜਿਹੜੀ ਦੇਨ ਆ ਉਹਨਾਂ ਦੇ ਜਿਹੜਾ ਪਰਿਵਾਰ ਦੇ ਮੁਖੀ ਜਣਗੀ ਪ੍ਰਕਾਸ਼ ਸਿੰਘ ਬਾਦਲ ਦੀ ਸੀ ਤਾਂ ਆਖਰਕਾਰ ਜਦੋਂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਹੁੰਦਾ ਹੈ ਕਿ ਮੈਂ ਜਿਹੜਾ ਵਾਰਸਾ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਦਾ ਆ ਅਕਾਲੀ ਦਲ ਦਾ ਵਾਰਸਾ ਤਾਂ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਦਾ ਪਰ ਇਹ ਟਿਕੜੀ ਆ ਉਹ ਟੁੱਟਦੀ ਨਜ਼ਰ ਆਈ ਹੈ ਤਾਂ ਆਖਰਕਾਰ ਟੁੱਟ ਗਈ ਹੈ ਜਿਹੜਾ ਨੁਕਸਾਨ ਆ ਜ਼ਿਆਦਾ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਹੁਣ ਹੋ ਰਿਹਾ ਹੁਣ ਆਪਾਂ ਅਗਲੀ ਗੱਲ ਪਟਿਆਲੇ ਦੀ ਕਰਦੇ ਆ ਤੇ ਇੱਕ ਤੁਸੀਂ ਕਾਫੀ ਧੇਰ ਇਹਦੇ ਤੇ ਵਿਚਾਰ ਵੀ ਕੀਤੀ ਹੈ ਕਿ ਪਟਿਆਲੇ ਤੁਹਾਨੂੰ ਲੱਗਦਾ ਕੀ ਲੱਗਦਾ ਕਿ ਪਟਿਆਲੇ ਤੋਂ ਕਿਹੜੇ ਕਿਹੜੇ ਜਿਹੜੇ ਐਮਪੀ ਦੇ ਵਦਾਵੇਦਾਰਾ ਸ਼੍ਰੋਮਣੀ ਅਕਾਲੀ ਦਲ ਤੋਂ ਹੋ ਸਕਦੇ ਆ ਜਿਹੜਾ ਪਾਲਾ ਜਿਸ ਤਰ੍ਹਾਂ ਪਟਿਆਲੇ ਦੀ ਆਪਾਂ ਤੁਸੀਂ ਵੀ ਜਿਹੜਾ ਰਿਪੋਰਟ ਕੱਢੀਆ ਤਾਂ ਮੈਂ ਵੀ ਕੱਢੀਆ ਕਿਉਂਕਿ ਆਪਾਂ ਨੇ ਸਾਂਝੀ ਜਿਹੜੀ ਇੱਕ ਰਿਪੋਰਟ ਤਿਆਰ ਕੀਤੀ ਆ ਜਿਹਦੇ ਵਿੱਚ ਕਿਹੜੇ ਕਿਹੜੇ ਸ਼ਾਇਦ ਜਿਹੜੇ ਨੇ ਉਹ ਉਮੀਦਵਾਰ ਹੋ ਸਕਦੇ ਨੇ ਅਕਾਲੀ ਦਲ ਦੇ ਕਿਹੜੇ ਚਿਹ ਪਟਿਆਲਾ ਦੀ ਗੱਲ ਕੀਤੀ ਆਵੇ ਸਿਆਸਤ ਦਾ ਧੁਰਾ ਪਟਿਆਲਾ ਕਿਉਂਕਿ ਜਿਹੜਾ ਕੈਪਟਨ ਮਿੰਦਰ ਸਿੰਘ ਦਾ ਘੜਾ ਹੈ ਕਿਉਂਕਿ ਜਿਹੜਾ ਸਾਫਕਾ ਮੁੱਖ ਮੰਤਰੀ ਇਹਨੇ ਕੈਪਟਨ ਮਿੰਦਰ ਸਿੰਘ ਤਾਂ ਉਥੋਂ ਮੈਲਦੇਵ ਜਿਹੜੀ ਸਰਕਾਰ ਰਾਜਾ ਮਹਾਰਾਜਾ ਸ਼ਹਿਰ ਕਿਹਾ ਜਾਂਦਾ ਹੈ ਉਸ ਸਮੇਂ ਸਰਕਾਰ ਹੈ ਜਿਹੜੀ ਮੈਲਦੇਵ ਚੋਂ ਚੱਲਦੀ ਸੀ ਬੇਸ਼ੱਕ ਕੈਪਟਨ ਮਿੰਦਰ ਸਿੰਘ ਜਿਹਨੇ ਉਹ ਭਾਜਪਾ ਦੇ ਡੇੜਾ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਦੀ ਧਰਮ ਪੱਤਰੀ ਵੀ ਜਿਹੜੀ ਹੈ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਨੇ ਜੇਕਰ ਕਾਲੀ ਦਲ ਦੀ ਗੱਲ ਕੀਤੀ ਆਵੇ ਅਕਾਲੀ ਦਲ ਦੇ ਵਿੱਚੋਂ ਜੇਕਰ ਗੱਲ ਕੀਤੀ ਆਵੇ ਸੁਰਜੀਤ ਸਿੰਘ ਰਖੜਾ ਸੁਰਜੀਤ ਸਿੰਘ ਰਖੜਾ ਉਹ ਕਾ ਸਿਆਸਤਦਾਨ ਨੇ ਬੇਸ਼ੱਕ ਜੇਕਰ ਉਹਨਾਂ ਦਾ ਬਿਆਨ ਦੀ ਗੱਲ ਕੀਤੀ ਆਵੇ ਕਦੇ ਵੀ ਉਹ ਸੁਜੀਤ ਸਿੰਘ ਰਖੜਾ ਜਿਹੜੇ ਨੇ ਉਹ ਕਿਸੇ ਦੇ ਖਿਲਾਫ ਜਿਹੜਾ ਉਹ ਬਿਆਨਬਾਜ਼ੀ ਨਹੀਂ ਦਿੰਦੇ ਕਿਉਂਕਿ ਅਕਸਰ ਹੀ ਆਪਾਂ ਜਦੋਂ ਮੀਡੀਆ 'ਚ ਵੀ ਦੇਖਦੇ ਜਾਂ ਤਾਂ ਉਹਨਾਂ ਨੂੰ ਸਵਾਲ ਕਰਦੇ ਆ ਤਾਂ ਸੁਜੀਤ ਸਿੰਘ ਰਖੜਾ ਜਿਹੜੇ ਨੇ ਉਹ ਕਿਸੇ ਦੇ ਖਿਲਾਫ ਨਹੀਂ ਬਿਲਕੁਲ ਦਰਵੇਸ਼ ਤੇ شریف ਸਿਆਸਦਾਨ ਮੰਨੇ ਜਾਂਦੇ ਨੇ ਸੁਜੀਤ ਸਿੰਘ ਰਖੜਾ ਜੀ ਆਪਾਂ ਗੱਲ ਕਰ ਪੂਰੇ ਅਕਾਲੀ ਦਲ 'ਚ ਜੀ ਆਪਾਂ ਮੰਨੀਏ ਨਾ ਇੱਕ ਦਰਵੇਸ਼ ਤੇ شریف ਸਿਆਸਦਾਨ ਮੰਨੇ ਜਾਂਦੇ ਬਿਲਕੁਲ ਅਕਾਲੀ ਨਾਲ ਦਾ ਸਮਝ ਜਿਹੜਾ ਉਹ ਕੈਬਨ ਮੰਤਰੀ ਵੀ ਰਹੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਵਾਦ ਦੀ ਜਿਹੜੀ ਚੰਗੀ ਛਵੀ ਹੈ ਕੇਂਦਰ ਦੇ ਨਾਲ ਵੀ ਚੰਗਾ ਹੱਥ ਹੈ ਕਿਉਂ ਦੀਆਂ ਤੁਸੀਂ ਦੇਖਦੀਆਂ ਅਕਸਰ ਜਿਹੜਾ ਉਹਨਾਂ ਵੱਲੋਂ ਕਿੰਨੇ ਜਿਹੜਾ ਬੋਰਡ ਆ ਉਹ ਲਗਾਏ ਜਾਂਦੇ ਨੇ ਤੇ ਉਹਨਾਂ ਦੇ ਭਰਾ ਜੇ ਚੰਦ ਸਿੰਘ ਰਖੜਾ ਨੇ ਤਾਂ ਉਹਨਾਂ ਦੇ ਵੀ ਜਿਹੜੀ ਆ ਮੋਰ ਆ ਉਹ ਲੱਗ ਸਕਦੀ ਹੈ ਕਿਉਂਕਿ ਇਹ ਕਮਜੀਦ ਹੋਰ ਵੀ ਆਪਾਂ ਦੇਖਿਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਪਟਿਆਲੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਸਰਜੀਤ ਸਿੰਘ ਰਖੜਾ ਕੈਬਨਿਟ ਮੰਤਰੀ ਹੁੰਦੇ ਸੀ ਤੇ ਜਿਹੜੀ ਪ੍ਰਸ਼ਾਸਨਿਕ ਗਤੀਵਿਧੀਆਂ ਸੀਗੀਆਂ ਉਹ ਜ਼ਿਆਦਾ ਕਰਕੇ ਲੁਕਵੇਂ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਭਰਾ ਨੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਚਰਨਜੀਤ ਸਿੰਘ ਰਖੜਾ ਦੇਖਦੇ ਸੀਗੇ ਤੇ ਇਸ ਕਰਕੇ ਕਿਤੇ ਨਾ ਕਿਤੇ ਸ਼ਹਿਰ ਰਖੜਾ ਪਰਿਵਾਰ ਨੂੰ ਇਹ ਬਿਲਕੁਲ ਇਹ ਉਹ ਕਹਿ ਰਹੇ ਉਹਨਾਂ ਨੂੰ ਦਿਲਚਸਪੀ ਹੋਏਗੀ ਤੇ ਸੁਰਜੀਤ ਸਿੰਘ ਰਖੜਾ ਸਾਹਿਬ ਕਾ ਮੰਤਰੀ ਰਹਿ ਗਏ ਤੇ ਕਿਉਂ ਨਾ ਚਰਨਜੀਤ ਸਿੰਘ ਰਖੜਾ ਦੇ ਉਹਨੂੰ ਵੀ ਇੱਕ ਵਾਰ ਜਿਹੜਾ ਹੈਗਾ ਚੋਣ ਮੈਦਾਨ 'ਚ ਉਤਾਰਿਆ ਜਾਵੇ ਚੋਣ ਉਹ ਗੱਲ ਹੋਈ ਜਾਂ ਤੁਸੀਂ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਚਰਨਜੀਤ ਸਿੰਘ ਰਖੜਾ ਨੇ ਉਹ ਸਿਆਸਤ ਦੇ ਵਿੱਚ ਨਹੀਂ ਆਏ ਬੇਸ਼ੱਕ ਉਹ ਪਿੱਛੇ ਜਿਹੜਾ ਕੰਮ ਹੈ ਉਹ ਪ੍ਰਸ਼ਾਸਨਿਕ ਕਦੀ ਵੀ ਨਹੀਂ ਸਾਹਮਣੇ ਉਹ ਦੇਖਦੇ ਰਹੇ ਉਹ ਪਿੱਛੇ ਰਹਿ ਕੇ ਜਿਹੜਾ ਸਾਰਾ ਕੰਮ ਕਰਾ ਉਹ ਕਰਦੇ ਰਹਿੰਦੇ ਸਨ ਪਤਾ ਰੱਖਰ ਕਰੇ ਸ਼ ਗੇ ਸਿਆਸਤਦਾਨ ਇਹ ਵੀ ਹੈ ਕਿ ਜਿਹੜਾ ਚਰਨਜੀਤ ਸਿੰਘ ਰਖੜਾ ਨੇ ਉਹ ਵੀ ਇੱਕ شریف ਤੇ ਚੰਗੇ ਸੁਭਾਅ ਦੇ ਮਾਲਕ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਿਉਂਕਿ ਪਟਿਆਲੇ ਦੇ ਰਹਿਣ ਵਾਲੇ ਨੇ ਪਟਿਆਲੇ 'ਚ ਕਈ ਗਤੀਵਿਧੀਆਂ ਕਰੀਆਂ ਨੇ ਤੇ ਉਹ ਅਕਸਰ ਜਿਹੜਾ ਕਾਲੀ ਦਲ ਦੇ ਵਿੱਚ ਗੱਲ ਕੀਤੀ ਆ ਆ ਵੀ ਤਾਂ ਸੁਜੀਤ ਸਿੰਘ ਰਖੜਾ ਦੇ ਨਾਲ ਜਿਹੜਾ ਸਬੰਧ ਵੀ ਨੇ ਉਹਨਾਂ ਦੇ ਸੁਖਵਿੰਦਰ ਸਿੰਘ ਬਾਦਲ ਨਾਲ ਵੀ ਸਬੰਧ ਨੇ ਪਰ ਸਿਆਸਤਦਾਨ ਨੇ ਪਹਿਲਾਂ ਵੀ ਜਿਹੜਾ ਚੋਣ ਕਈ ਵਾਰ ਲੜ ਚੁੱਕੇ ਨੇ ਪਰ ਕਿਤੇ ਨਾ ਕਿ ਤੇੜਾ ਪਾਰਟੀਆਂ ਕਿਸ ਨੂੰ ਮੋਰ ਲਾਉਂਦੀ ਹੈ ਪਾਰਟੀਆਂ ਨੇ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਦਰਾ ਨੇ ਉਹ ਇੱਕ ਬੜੇ ਛੋਟੇ ਹੇਠਲੇ ਪੱਧਰ ਤੋਂ ਬਣੇ ਅਤੇ ਕਾਲਜ ਦੀ ਲੀਡਰਸ਼ਿਪ ਤੋਂ ਉੱਠੇ ਨੇ ਪੀਐਚਯੂ ਦੇ ਵਿੱਚ ਹੁੰਦੇ ਸੀਗੇ ਉਹ ਪੰਜਾਬੀ ਦੇ ਸਟੂਡੈਂਟ ਯੂਨੀਅਨ ਤੋਂ ਗਏ ਨੇ ਅਤੇ ਦੂਜੀ ਗੱਲ ਸਭ ਤੋਂ ਵੱਧ ਵੱਡਾ ਜਿਹੜਾ ਚਿਹਰਾ ਉਹਨਾਂ ਉਦੋਂ ਬਣਿਆ ਸੀ ਜਦੋਂ ਉਹਨਾਂ ਨੇ ਕੈਪਟਨ ਮਰਿੰਦਰ ਸਿੰਘ ਨੂੰ 99 ਪਟਿਆਲੇ ਤੋਂ ਹਰਾਇਆ ਸੀ ਤੇ ਉਹ ਟੋੜਾ ਸਾਹਿਬ ਦੇ ਬੜੇ ਨਜ਼ਦੀਕੀ ਰਹੇ ਨੇ ਕੈਪਟਨ ਮਿੰਦਰ ਸਿੰਘ ਨੂੰ ਹਰਾਇਆ ਸੀ ਸਿਆਸਤਦਾਨੇ ਹਰ ਪੱਖੋਂ ਦੇਖੋ ਕੋਈ ਸਿਆਸਤ ਜਿਹੜੀ ਹੈ ਇੰਟਰਵਿਊ ਕਰਨੀ ਹੁੰਦੀ ਹੈ ਤਾਂ ਹਰ ਜਿਹੜਾ ਮ ਬਿਲਕੁਲ ਪ੍ਰੋਫੈਸਰ ਪ੍ਰੇਮ ਚੰਦੂ ਮਾਜਰਾ ਨੇ ਉਹ ਲੈਫਟ ਮੂਵਮੈਂਟ ਚੋਂ ਆਏ ਨੇ ਪੀਐਸਯੂ ਦੇ ਪ੍ਰਧਾਨ ਰਹੇ ਨੇ ਤੇ ਟੋੜਾ ਸਾਹਿਬ ਨਾਲ ਇਕੱਠਿਆਂ ਜੇਲ੍ਹ ਕੱਟੀ ਆ ਉਹਨਾਂ ਨੇ ਤੇ ਉਦੋਂ ਹੀ ਉਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚ ਟੋੜਾ ਸਾਹਿਬ ਨਾਲ ਜੇਲ੍ਹ ਦੇ ਵਿੱਚ ਹੁੰਦੇ ਸੀਗੇ ਤਾਂ ਉਦੋਂ ਹੀ ਉਹਨਾਂ ਨੂੰ ਕਾਲੀ ਦਲ ਦੇ ਵਿੱਚ ਲੈ ਕੇ ਆਏ ਸੀਗੇ ਤੇ ਟੋੜਾ ਸਾਹਿਬ ਨੇ ਉਹਦੀ ਉਹਨਾਂ ਨੂੰ ਕਿਹਾ ਸੀਗਾ ਵੀ ਛੱਡੋ ਯਾਰ ਕੀ ਕਰੋਂਗੇ ਲੈਫਟ ਦੇ ਨਾਲ ਤੁਸੀਂ ਇੱਧਰ ਆਓ ਕਾਲੀ ਦਲ ਦੇ ਵਿੱਚ ਬਿਲਕੁਲ ਉਹਨਾਂ ਨੇ ਆਪਣੀ ਪਾਰਟੀ ਵੀ ਇੱਕ ਬਣਾਈ ਸੀ ਉਸ ਤੋਂ ਬਾਅਦ ਜਿਹੜਾ ਨਹੀਂ ਚੱਲਿਆ ਉਹ ਕਾਲੀ ਦਲ ਦੇ ਵਿੱਚ ਆ ਗਏ ਤਾਂ ਕਾਲੀ ਦਲ ਦੇ ਜਿਹੜਾ ਚੰਗੀ ਜਿਹਾ ਉਹਨਾਂ ਨੇ ਛਵੀ ਬਣ ਤਾਰੇ ਪਾਰਟੀਆਂ ਕਿਸਤੇ ਮੋਰ ਲਾਉਂਦੀ ਹੈ ਤੇ ਦੂਜਾ ਜਿਹੜਾ ਚਰਚਿਤ ਨਾਮ ਜਿਹੜਾ ਆ ਰਿਹਾ ਉਹ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵੀ ਆ ਰਿਹਾ ਤਾਂ ਮੈਂ ਦੱਸ ਦੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਉਹ ਸ਼ਖਸ ਨੇ ਜਿਹਨੇ ਜਿਹੜਾ ਖਾਸ ਤੌਰ ਤੇ ਐਸਓਜ ਦੇ ਵਿੱਚ ਪ੍ਰਧਾਨ ਵੀ ਰਹੇ ਨੇ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਨੌਜਵਾਨਾਂ ਦੇ ਵਿੱਚ ਚੰਗਾ ਆਧਾਰ ਹੈ ਅਮਲੋਹ ਦੀ ਗੱਲ ਕੀਤੀ ਜਾਵੇ ਇਸ ਸਮੇਂ ਵੀੜਾ ਅਮਲੋਹ ਦੇ ਵਿੱਚ ਜਿਹੜਾ ਉਹ ਸੇਵਾ ਕਰ ਰਹੇ ਨੇ ਅਮਲੋਹ ਤੋਂ ਟਿਕਟ ਵੀ ਲੜੀ ਸੀ ਉਹਨਾਂ ਨੇ ਬਿਲਕੁਲ ਅਮਲੋਹ ਤੋਂ ਟਿਕਟ ਵੀ ਲੜੀ ਸੀ ਪਰ ਹਾਰ ਗਏ ਸਨ ਪਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਐਸਓ ਜਦੋਂ ਸਟੂਡੈਂਟ ਯੂਨੀਅਨ ਜਿਹੜੀ ਬਣਾਈ ਗਈ ਸੀ ਤਾਂ ਉਹਨਾਂ ਨੇ ਜਿਹੜਾ ਚੰਗੇ ਜਿਹੜੇ ਨੌਜਵਾਨੇ ਇਕੱਠੇ ਕੀਤੇ ਸੀ ਤਾਂ ਚੰਗਾ ਜਿਹੜਾ ਆਧਾਰ ਬਣਾਇਆ ਸੀ ਤੇ ਅਮਰਜੀਤ ਜਦੋਂ ਵੀ ਇੱਕ ਹੋਰ ਵੀ ਜਦੋਂ ਵੀ ਸ਼ਰੋਮਣੀ ਕਾਲੀਦਾਲ ਨੇ ਕੋਈ ਰੈਲੀ ਕਰਨੀ ਹੁੰਦੀ ਹੈ ਖਾਸ ਕਰਕੇ ਜੂਥ ਰੈਲੀ ਤੇ ਜਦੋਂ ਨੌਜਵਾਨਾਂ ਨੂੰ ਜੂਥ ਰੈਲੀ ਦੇ ਵਿੱਚ ਲਿਆਉਣਾ ਹੁੰਦਾ ਤਾਂ ਉਹ ਇਕੱਠ ਕਰਨ ਦੇ ਲਈ ਲਾਲੋ ਭਾਰੀ ਇਕੱਠ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਇੱਕ ਚੰਗਾ ਜਿਹੜਾ ਹੈਗਾ ਇਦਾਂ ਦਾ ਆਧਾਰ ਰਹਿੰਦਾ ਤੇ ਔਰ ਵੱਧ ਚੜ ਕੇ ਜਿਹੜਾ ਹਿੱਸਾ ਲੈਂਦੇ ਨੇ ਕਿਉਂਕਿ ਨੌਜਵਾਨਾਂ ਨੂੰ ਇਕੱਠੇ ਕਰ ਲਈ ਯੂਨੀਵਰ ਇਸੇ ਤਰ੍ਹਾਂ ਦੌਰ ਤੱਕ ਕਹਦੇ ਆ ਵੀ ਨੌਜਵਾਨਾਂ ਦੇ ਲਈ ਚੰਗੀ ਪਕੜ ਰੱਖਣ ਵਾਲੇ ਨੇ ਜਿਹੜੇ ਗੁਰਪ੍ਰੀਤ ਸਿੰਘ ਰਾਜੂ ਖੋਨਾ ਤੇ ਇੱਕ ਹੋਰ ਚਰਚਿਤ ਨਾਮ ਜਿਹੜਾ ਸਾਹਮਣੇ ਆ ਰਿਹਾ ਚੰਦਰਜੀਤ ਸਿੰਘ ਬਰਾੜ ਚੰਦਰਜੀਤ ਸਿੰਘ ਬਰਾੜ ਜਿਹੜੇ ਨੇ ਉਹ ਸ਼ਖਸ ਨੇ ਜਿਹੜੇ ਸੁਖਵਿੰਦਰ ਸਿੰਘ ਬਾਦਲ ਦੇ ਉਹ ਐਸਡੀ ਨੇ ਜਾਨਕੀ ਕਹਿ ਸਕਦੇ ਆ ਰਾਜਪੁਰੇ ਤੋਂ ਜਿਹੜਾ ਹੁਣ ਵੀ ਜਿਹੜਾ ਸੇਵਾ ਕਰ ਰਹੇ ਨੇ ਰਾਜਪੁਰੇ ਤੋਂ ਜਿਹੜਾ ਐਮਐਲਏ ਦੀ ਏਰੀਆ ਟਿਕਟ ਵੀ ਲੜੀ ਸੀ 2022 ਬਿਲਕੁਲ ਬੇਸ਼ੱਕ ਉਹ ਹਾਰ ਚੁੱਕੇ ਸਨ ਤਾਂ ਹੁਣ ਵੀ ਜਿਹੜਾ ਰਾਜਪੁਰੇ ਦੇ ਵਿੱਚ ਸੇਵਾ ਕਰ ਰਹੇ ਨੇ ਤਾਂ ਅਕਸਰ ਜਿਹੜਾ ਸਿਆਸਤ ਦੀ ਗੱਲ ਕੀਤੀ ਜਾਵੇ ਡਿਬੇਟਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਚੈਨਲ ਦੇ ਉੱਪਰ ਜਿਹੜੇ ਡਿਬੇਟਾਂ ਬਿਲਕੁਲ ਬਿਲਕੁਲ ਅਕਾਲੀ ਦਲ ਦੇ ਬੁਲਾਰੇ ਵੀ ਨਹੀਂ ਅਕਾਲੀ ਦਲ ਦੇ ਬੁਲਾਰੇ ਵੀ ਨਹੀਂ ਉਹ ਡਿਬੇਟਾਂ ਦੇ ਵਿੱਚ ਵੀ ਬੈਠਦੇ ਨੇ ਤੇ ਚੰਗਾ ਜਿਹੜਾ ਆਧਾਰ ਰੱਖਦੇ ਨੇ ਪਰ ਹੁਣ ਅਕਾਲੀ ਦਲ ਜਿਹੜੀ ਆ ਉਹ ਕਿਸ ਤਰ੍ਹਾਂ ਮੋੜ ਲਾਉਂਦੀ ਆ ਇਹ ਸਮਾਂ ਦੱਸੇਗਾ ਜੀ ਇੱਕ ਨਾਮ ਹੋਰ ਰਹਿ ਗਿਆ ਐਨ ਕੇ ਸ਼ਰਮਾ ਬਿਲਕੁਲ ਬਿਲਕੁਲ ਉਹ ਜੀਰਕਪੁਰ ਵਾਲੇ ਜਿਹੜੇ ਐਨ ਕੇ ਸ਼ਰਮਾ ਨੇ ਮੈਂ ਐਨ ਕੇ ਸ਼ਰਮਾ ਦਾ ਨਾਮ ਤਾਂ ਨਹੀਂ ਬੋਲਿਆ ਕਿਉਂਕਿ ਉਹਨਾਂ ਦੀ ਜਿਹੜੀ ਚਰਚਾ ਉਹ ਚੱਲ ਰਹੀ ਆ ਜੀ ਕਿਉਂਕਿ ਇਹ ਤਾਂ ਇਹਨਾਂ ਦੀ ਜਿਹੜੀ ਆ ਜਿਹੜੀ ਆ ਆਧਾਰ ਜਿਹੜਾ ਬਣ ਚੁੱਕਾ ਹੈ ਨਿਊਜ਼ਪੇਪਰਾਂ ਦੇ ਵਿੱਚ ਵੀ ਜਿਹੜੀ ਆ ਖਬਰ ਆ ਜ਼ਿਕਰ ਹੋ ਚੁੱਕੀ ਹੈ ਐਨ ਕੇ ਸ਼ਰਮਾ ਪਰ ਨਾਮ ਜ਼ਰੂਰ ਚੱਲ ਰਿਹਾ ਅਮਰਜੀਤ ਕਿਉਂਕਿ ਜਿਹੜੇ ਐਨ ਕੇ ਸ਼ਰਮਾ ਨੇ ਵੀ ਸੁਖਵੀਰ ਬਾਦਲ ਦੇ ਬਹੁਤ ਨੇੜੇ ਨੇ ਠੀਕ ਹੈ ਬਹੁਤ ਕਰੀਬੀ ਮੰਨੇ ਜਾਂਦੇ ਨੇ ਉਹ ਐਮ ਐਲ ਏ ਵੀ ਰਹੇ ਨੇ ਸੰਦੀ ਸਕੱਤਰ ਵੀ ਰਹੇ ਨੇ ਤੇ ਉਹ ਵੀ ਇੱਕ ਹੇਠਲੇ ਪੱਧਰ ਤੋਂ ਸਰਪੰਚੀ ਤੋਂ ਉੱਠੇ ਹੋਏ ਨੇ ਜਿਹੜੇ ਐਨ ਕੇ ਸ਼ਰਮਾ ਨੇ ਜੀਰਕਪੁਰ ਵਿੱਚ ਚੰਗਾ ਆਧਾਰ ਆ ਕਿਉਂਕਿ ਜੇਕਰ ਗੱਲ ਕੀਤੀ ਆਵੇ ਚੰਗਾ ਜਿਹੜਾ ਆਧਾਰ 에어ਪੋਰਟ ਰੋਡ ਦੀ ਗੱਲ ਕੀਤੀ ਆਵੇ ਤਾਂ ਉਹਨਾਂ ਨੇ ਕਈ ਜਿਹੜ ਉਥੋਂ ਦੀ ਡਿਵੈਲਪਮੈਂਟ ਹੋਈ ਹੈ ਉਹਦੇ ਚ ਐਨ ਕੇ ਸ਼ਰਮਾ ਦਾ ਵੀ ਚੰਗਾ ਹੱਥ ਰਿਹਾ ਬੜੀਆ ਠੀਕ ਹੈ ਉਹਨਾਂ ਇਹਨਾਂ ਨੇ ਕਹਿ ਕੇ ਸਾਰੀ ਜਿਹੜੀ ਹੈਗੀ ਡਿਵੈਲਪਮੈਂਟ ਜਿਹੜੀ ਹੈਗੀ ਚੰਗੀ ਕਰਵਾਈ ਹੈ ਜਦ ਕਿ ਜਿੰਨਾ ਵੀ ਆਪਾਂ ਜਿਹੜਾ ਚਿਹਰਿਆਂ ਦੇ ਨਾਮ ਬੋਲੇ ਨੇ ਤਾਂ ਕਾਲੀਦਾਲ ਜਿਹੜਾ ਜਲਦ ਇਹਨਾਂ ਚਿਹਰਿਆਂ ਤੋਂ ਵੀ ਇੱਕ ਦੇ ਰਿਹਾ ਜੀ ਮੋਰ ਆਹੋ ਲਗਾ ਸਕਦੀ ਹੈ ਤੇ ਕਰ ਦੂਜੇ ਦੀ ਗੱਲ ਕੀਤੀ ਜਾਵੇ ਸੰਗਤ ਇਹਦੇ ਨਾਲ ਅਮਰਜੀਤ ਆਪੇ ਇਹਦੇ ਨਾਲ ਹੀ ਇੱਕ ਮਿਲਦੀ ਗੱਲ ਕਰ ਲਈ ਆਪਾਂ ਨੰਦਪੁਰ ਸਾਹਿਬ ਦੀ ਕਿਉਂਕਿ ਨੰਦਪੁਰ ਸਾਹਿਬ ਤੋਂ ਵੀ ਜਿਹੜੇ ਦੋ ਚਿਹਰੇ ਆ ਉਹਦੇ ਵਿੱਚ ਇੱਕ ਚਿਹਰਾ ਉਹੀ ਹੈ ਜਿਹਦੀ ਆਪਾਂ ਪਟਿਆਲ ਤੋਂ ਚਰਚਾ ਕਰ ਚੁੱਕ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਨੇ ਉਹ ਲੈਫਟ ਨਾਲ ਜੁੜੇ ਰਹੇ ਹਨ ਉਹਦਾ ਆਪਾਂ ਪਹਿਲਾਂ ਚਰਚਾ ਕਰ ਚੁੱਕਿਆ ਆ ਅਨੰਦਪੁਰ ਸਾਹਿਬ ਦੇ ਵਿੱਚੋਂ ਹੁਣ ਉਹ ਜਿਹੜਾ ਇੰਚਾਰਜ ਲਾਇਆ ਸੀਗਾ ਉਹ ਵੀ ਆ ਉੱਥੇ ਜਾ ਕੇ ਲੋਕਾਂ ਦੀ ਉੱਥੇ ਜਿਹੜੇ ਦਲਜੀਤ ਸਿੰਘ ਚੀਮਾ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਨਾਲ ਉੱਥੇ ਕਿਵੇਂ ਨਾ ਕਿਵੇਂ ਸਿਆਸੀ ਤਕਰਾਰ ਆ ਜਿਹੜਾ ਉਹ ਚੱਲ ਰਿਹਾ ਕਿਉਂਕਿ ਦਲਜੀਤ ਸਿੰਘ ਚੀਮਾ ਚਾਹੁੰਦੇ ਨੇ ਕਿ ਮੈਂ ਲੜਾਂ ਉਹ ਲੜੇ ਵੀ ਸੀ ਤੇ ਹਾਰ ਗਏ ਸੀਗੇ ਦਲਜੀਤ ਸਿੰਘ ਚੀਮਾ ਪਹਿਲਾਂ ਤੇ ਜਦੋਂ ਕਿ ਉੱਥੋਂ ਜਦੋਂ ਪ੍ਰੋਫੈਸਰ ਪ੍ਰੇਜ਼ਿੰਗ ਚੰਦੂ ਮਾਦਰਾ ਲੜੇ ਸੀਗੇ ਐਮਪੀ ਤੋਂ ਬਤੌਰ ਐਮਪੀ ਜਿੱਤੇ ਹੀ ਸੀਗੇ ਕਿਉਂਕਿ ਆਪਾਂ ਡੇਲੀ ਦੇਖਦੇ ਜੇ ਤੁਹਾਨੂੰ ਇੱਕ ਹੋਰ ਵੀ ਹੈ ਜਿਹੜੀ ਨੰਦਪੁਰ ਸਾਹਿਬ ਸ਼ੀਟ ਹੈ ਨਾ ਓਹੋ ਮਹਾਲੀ ਤੋਂ ਲੈ ਕੇ ਉਹ ਰੋਪੜ ਤੱਕ ਅਗਲੇ ਪਿੰਡਾਂ ਤੱਕ ਜਾਂਦੀ ਹੈ ਜਿੱਦੋਂ ਆਪਣੇ ਹਿਮਾਚਲ ਦੇ ਨਾਲ ਨਾਲ ਚਲੀ ਜਾਂਦੀ ਹੈ ਇੱਧਰੋਂ ਤੇ ਤੁਸੀਂ ਜਾ ਕੇ ਦੇਖੋਗੇ ਚਲੋ ਹੁਣ ਤਾਂ ਚੋਣ ਕਮਿਸ਼ਨ ਕਰਕੇ ਉਤਰ ਗਏ ਆ ਜੇ ਅਗਰ 15 20 ਦਿਨ ਪਹਿਲਾਂ ਜਾਂਦੇ ਤੁਸੀਂ ਉਹ ਸਾਈਡ ਤੇ ਗਏ ਹੋ ਮੈਂ ਵੀ ਗਿਆ ਉੱਧਰ ਕਾਫੀ ਦੋ ਤਿੰਨ ਵਾਰੀ ਤਾਂ ਤੁਸੀਂ ਦੇਖੋਗੇ ਵੱਡੇ ਵੱਡੇ ਜਿਹੜੀਆਂ ਫਲੈਕਸਾਂ ਦੋ ਰੋੜ ਤੇ ਦੋਨੋਂ ਪਾਸੇ ਜਿਹੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾੜਾ ਬੁਲਵਾਈਆਂ ਸੀ ਜਿੱਥੋਂ ਇਹ ਚੀਜ਼ ਪਤਾ ਲੱਗਦਾ ਹੈ ਕਿ ਜਿਹੜਾ ਲੀਡਰ ਹੈ ਇਹ ਇਸ ਏਰੀਆ ਵਿੱਚ ਆਧਾਰ ਰੱਖਦਾ ਹੈ ਔਰ ਦੂਜੀ ਗੱਲ ਤੇ ਇਹ ਚੌਂਦੇ ਕੇਸ ਦੇ ਜਿਹੜੀ ਹੈਗੇ ਟਿਕਟੋ ਕਮੇਟੀ ਦੀ ਗੱਲ ਕੀਤੀ ਆ ਫਿਰ ਤਾਂ ਜਿਹੜਾ ਆ ਆਪਾਂ ਸਿੱਧੇ ਤੌਰ ਤੇ ਕਹਿ ਸਕਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਤਾ ਜਿਹੜਾ ਚੰਗਾ ਆਧਾਰ ਆ ਕਿਉਂਕਿ ਜੇਕਰ ਕੋਈ ਕੰਮ ਕਰਵਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਪਰੰਦਾ ਕਮੇਟੀ ਦਾ ਤਾਂ ਸਿੱਧਾ ਜਿਹੜਾ ਆ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਤਾ ਦੇ ਕੋਲ ਆ। ਹੋਰ ਜੀ ਦੇਖੋ ਦੋ ਗੱਲਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਜਿਹੜੇ ਉਹਦੇ ਲੀਡਰ ਨੇ ਜਾਂ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਠੀਕ ਹੈ ਉਹ ਸਾਰੇ ਇੱਕ ਹੈ ਠੀਕ ਹੈ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਸੰਬੰਧ ਆ ਉਹਨਾਂ ਦਾ ਠੀਕ ਹੈ ਇਹਨਾਂ ਦਾ ਆ ਅਕਾਲੀ ਦਲ ਦੇ ਨੇ ਤੇ ਜਿਹੜਾ ਅਕਾਲੀ ਦਲ ਹੈ ਤੇ ਉਹ ਜਦੋਂ ਮੈਂਬਰ ਅਕਾਲੀ ਦਲ ਦੇ ਹੈਗੇ ਨੇ ਮੈਂਬਰਸ਼ਿਪ ਆ ਉਹਨਾਂ ਕੋਲ ਤਾਂ ਫਿਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਸੋਣੀ ਜਾਣੀ ਉਹ ਸੰਭਵ ਹੈਗੀ ਹੈਗੀ ਹੈ ਬਿਲਕੁਲ ਬਿਲਕੁਲ ਤੇ ਅਗਲੀ ਸੀਟ ਵੱਲ ਜ਼ਿਕਰ ਕਰਦੇ ਆਪਾਂ ਸੰਗਰੂਰ ਦੀ ਬਹੁਤ ਚਾਤੀ ਸੀਟ ਜਿਹੜੀ ਸੰਗਰੂਰ ਆ ਜਿੱਥੇ ਕਿ ਖਾਸ ਤੌਰ ਤੇ ਕਹਿ ਸਕਦੇ ਆ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਜਿਹਨਾਂ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਤਾ ਨਹੀਂ ਕਿਹਾ ਬਿਲਕੁਲ ਬਿਲਕੁਲ ਉੱਥੋਂ ਜਿਹੜਾ ਗੱਲ ਕੀਤੀ ਜਾਵੇ ਤਾਂ ਆ ਬੇਸ਼ੱਕ ਆ ਕਿਹਾ ਜਾਦਾ ਕਿ ਉੱਥੋਂ ਸੰਗਰੂਰ ਦੀ ਗੱਲ ਕੀਤੀ ਆਪਦਾ ਸੁਖਦੇਵ ਸਿੰਘ ਢੀ ਰਾਸ ਸਮਾਂ ਮੈਂਬਰ ਵੀ ਆ ਚੁੱਕੇ ਨੇ ਤੇ ਕਈ ਵਾਰ ਜਿਹੜੀਆਂ ਚੋਣ ਜਿਹੜੀਆਂ ਲੜ ਚੁੱਕੇ ਨੇ ਕੇਂਦਰੀ ਮੰਤਰੀ ਵੀ ਰਹੇ ਨੇ ਬਿਲਕੁਲ ਬਿਲਕੁਲ ਪਰ ਚੋਣ ਲੜਦੇ ਨੇ ਉਹ ਹਾਰ ਜਾਂਦੇ ਨੇ ਤਾਂ ਬੀਤੇ ਦਿਨੀ ਜਿਹੜਾ ਕਰ ਗੱਲ ਕੀਤੀ ਆਵੇ ਤਾਂ ਸੁਖਦੇਵ ਸਿੰਘ ਢੀਂਡਸਾ ਦੀ ਜਦੋਂ ਕਾਲੀ ਦਲ ਦੇ ਵਿੱਚ ਆਏ ਤਾਂ ਉਹਨਾਂ ਦੇ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਲੇਰਾ ਉਹਨਾਂ ਦੇ ਉੱਪਰ ਪਹਿੜੀ ਹੱਥ ਲਗਾਏ ਤਾਂ ਕਿਹਾ ਕਿ ਮੇਰੇ ਬਾਪਸ ਸਮਾਨ ਹੈ ਕਿਉਂਕਿ ਅਜਿਹੇ ਪ੍ਰਕਾਰ ਸਿੰਘ ਬਾਦਲ ਦੀ ਗੱਲ ਕੀਤੀ ਆਵੇ ਤਾਂ ਉਹਨਾਂ ਦੇ ਨਾਲ ਬੜੀ ਵੱਡੀ ਨੇਤਤਾ ਸੀ ਉਹਨਾਂ ਦੀ ਕਿਉਂਕਿ ਉਹ ਵੀ ਬਜ਼ੁਰਗ ਸਨ ਤੇ ਵੀ ਬਜ਼ੁਰਗ ਨੇ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਜਿਹੜਾ ਉਸ ਏਰੀਆ ਦੀ ਗੱਲ ਕੀਤੀ ਆ ਬੇਟੇ ਜਿਹੜੇ ਨੇ ਉੱਥੋਂ ਚੋਣ ਲੜ ਚੁੱਕੇ ਨੇ ਤਾਂ ਜਿੱਤੇ ਵੀ ਸੀ ਤੇ ਖਜ਼ਾਨਾ ਮੰਤਰੀ ਜਿਹੜਾ ਅਕਾਲੀ ਦਲ ਦਾ ਸਮਝ ਜਿਹੜੇ ਬਣੇ ਸਨ ਤਾਂ ਸੁਖਦੇਵ ਸਿੰਘ ਢੀਂਸਾ ਜਿਹੜੇ ਦੇ ਉੱਥੇ ਚੋਣ ਜਿਹੜੇ ਨੇ ਉਹ ਲੜਦਾ ਬੇਟਾ ਵੀ ਲੜ ਸਕਦਾ ਕਿਤੇ ਨਹੀਂ ਇਹ ਪਿੱਛੇ ਚਰਚਾ ਹੈਗੀ ਆ ਕਿ ਜਿਹੜੇ ਕੈਬਨਿਟ ਮੰਤਰੀ ਰਹੇ ਨੇ ਪਹਿਲਾਂ ਸਾਬਕਾ ਮੰਤਰੀ ਨੇ ਕალიਦਲ ਵੱਲੋਂ ਸੁਖਦੇਵ ਸਿੰਘ ਢੀਂਟਸਾ ਤੇ ਉਹ ਵੀ ਕਿਤੇ ਨਾ ਕਿਤੇ ਚਰਚਾ ਹੋ ਸਕਦਾ ਸਦੇਵ ਢੀਂਟਸਾ ਆਪ ਨਾ ਲੜਨ ਕਿਉਂਕਿ ਬਜ਼ੁਰਗ ਹੋ ਚੁੱਕੇ ਨੇ ਨਾ ਇਸ ਕਰਕੇ ਸ਼ਾਇਦ ਆਪਣੇ ਬੇਟੇ ਨੂੰ ਚੋਣ ਮੈਦਾਨ ਚ ਚੋਣ ਜਾਣ ਕੇ ਆਪ ਸਿੱਧੇ ਤੌਰ ਤੇ ਕਿਸੇ ਦਾ ਪਰਿਵਾਰ ਦੇ ਇੱਕ ਜਿਹੜੀ ਮੈਂਬਰ ਨੂੰ ਹੋਰ ਟਿਕਟ ਆ ਉਹ ਸੰਗਰੂਰ ਹਲਕੇ ਤੋਂ ਮਿਲ ਸਕਦੀ ਹੈ ਕਿਉਂਕਿ ਚੰਗਾ ਟਾਕਰਾ ਕਿਉਂਕਿ ਜੇਕਰ ਧਾਰਮਿਕ ਗਤੀਵਿਧੀਆਂ ਦੀ ਗੱਲ ਕੀਤੀ ਆਵੇ ਤਾਂ ਉੱਥੇ ਜਿਹੜਾ ਧਾਰਮਿਕ ਸਥਾਨ ਨੇ ਤਾਂ ਉਹਨਾਂ ਦੇ ਜਿਹੜੇ ਨੇ ਉਹ ਮੈਂਬਰ ਸਭਾਨੀ ਵੀ ਨੇ ਉੱਥੇ ਜਿਹੜਾ ਲੰਬ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਗੋਲਨਿਕ ਲੋਂਗੋਵਾਲ ਹਨਾ ਉਹਨਾਂ ਦਾ ਵੀ ਨਾਮ ਚਰਚਾ ਚੱਲ ਰਿਹਾ ਤੇ ਵੀ ਕਿਤੇ ਸ਼ਾਇਦ ਉਹ ਵੀ ਟਿਕਦਾ ਕਿਉਂਕਿ ਐਮਐਲਏ ਵੀ ਰਹੇ ਨੇ ਉਹ ਤੋਂ ਸੁਭਰ ਤੇ ਅਕਾਲੀ ਦਲ ਸੁਖਵੀਰ ਸਿੰਘ ਬਾਦਲਾ ਚੰਗੇ ਸਬੰਧ ਨੇ ਤੇ ਲੋਕਾਂ ਦੀ ਵੀ ਚੰਗਾ ਆਧਾਰ ਆ ਔਰ ਇੱਕ ਹੋਰ ਹੈ ਉਹ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਇੱਕ ਦਰਵੇਸ਼ ਸਿਆਸਦਾਨ ਨੇ ਤੇ ਸ਼ਰੀਫ ਨੇ ਸਾਉ ਪੁਨੇ ਦੇ ਮਾਲਕ ਨੇ ਉਹ ਵੀ ਮੰਨ ਲਓ ਜੇ ਕੋਈ ਉਹਨਾਂ ਕੋਲ ਜਾਂਦਾ ਹੈ ਕੋਈ ਵਰਕਰ ਜਾਂਦਾ ਹੈ ਲੀਡਰ ਜਾਂਦਾ ਹੈ ਤਾਂ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਉਹ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਔਰ ਦੂਜਾ ਜਿਹੜੇ ਆਸ-ਪਾਸ ਗੁਰਦੁਆਰੇ ਨੇ ਧਾਰਮਿਕ ਵੱਡੇ ਜਿਹੜੇ ਸਥਾਨ ਨੇ ਤੇ ਉਹਨਾਂ ਵਿੱਚ ਵੀ ਚੰਗਾ ਆਧਾਰ ਹੈਗਾ ਗੋਵਿੰਦ ਸਿੰਘ ਲੋਂਗੋਵਾਲ ਦਾ ਜਿਹੜੀ ਰੋਮਨਿਕ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸੇਵਾ ਕੀਤੀ ਆ ਤਾਂ ਕਿਤੇ ਨਾ ਕਿਤੇ ਜਿਹੜਾ ਪਾਰਟੀ ਆ ਉਹ ਇਨ੍ਹਾਂ ਚਿਹਰਿਆਂ ਦੇ ਉੱਪਰ ਜਿਹੜੀ ਆ ਉਹ ਮੋਰ ਆ ਉਹ ਲਗਾ ਸਕਦੀ ਆ ਜੇਕਰ ਬਣਾ ਜੇ ਆਪਾਂ ਫਰੋਲਪੁਰ ਦੀ ਗੱਲ ਕੀਤੀ ਜਾਵੇ ਬਿਲਕੁਲ ਹੋਰ ਨਾਮ ਰਹਿ ਗਿਆ ਸਗਰੂਰ ਤੋਂ ਵਿਨਰਜੀ ਸਿੰਘ ਗੋਲੜੀ ਉਹ ਬਿਲਕੁਲ ਬਿਲਕੁਲ ਹਾਂ ਉਹਨਾਂ ਦਾ ਜਿਹੜਾ ਨਾਮ ਸੀਗਾ ਉਹ ਵੀ ਕਿਤੇ ਨਾ ਕਿਤੇ ਚਰਚਾ ਤੇ ਰਿਹਾ ਕਿਉਂਕਿ ਉਹ ਪੀਆਰਟੀ ਦੇ ਵਾਈਸ ਚੇਅਰਮੈਨ ਰਹੇ ਨੇ ਪਟਿਆਲੇ ਅਕਾਲੀ ਦਲ ਦੀ ਸਰਕਾਰ ਸਮੇਂ ਤੇ ਉਸ ਸਮੇ ਵੀ ਉਹਨਾਂ ਨੇ ਕਾਫੀ ਕੰਮ ਕੀਤਾ ਕਿ ਨੌਜਵਾਨ ਲੀਡਰ ਰਹੇ ਨੇ ਉਹ ਤੇ ਨੌਜਵਾਨ ਆਗੂ ਨੇ ਪਾਰਟੀ ਲਈ ਚੰਗਾ ਕੰਮ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਪਾਰਟੀ ਲਈ ਉਸ ਏਰੀਆ ਦੇ ਵਿੱਚ ਉਹ ਤੇ ਉਹਨਾਂ ਦਾ ਵੀ ਨਾਮ ਕਿਤੇ ਨਾ ਕਿਤੇ ਚਰਚਾ ਚੱਲ ਰਿਹਾ ਵਿਨਰ ਸਿੰਘ ਗੋਲਡੀ ਦਾ ਪਰ ਪਾਰਟੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਕਿਤੇ ਵੱਡੇ ਸ਼ਹਿਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨਗੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆਵੇ ਸੁਖਦੇਵ ਸਿੰਘ ਢੀਂਡਸਾ ਜਪਰਮਿੰਦਰ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਨੇ ਉਹ ਖਜ਼ਾਨਾ ਮੰਤਰੀ ਰਹੇ ਨੇ ਕਿਉਂਕਿ ਕਾਲੀ ਦਲ ਦੇ ਸਮੇਂ ਜਦੋਂ ਸਰਕਾਰ ਹੁੰਦੀ ਸੀ ਤਾਂ ਉਹਨਾਂ ਨੇ ਜਿਹੜਾ ਸਾਰਾ ਜਿਹੜਾ ਖਜ਼ਾਨ ਸਕ੍ਰਿਪਸ਼ਨ ਢਿੰਡਸਾ ਚੰਗੇ ਬਜ਼ੁਰਗ ਜੀ ਅਮਰਜੀਤ ਕੋ ਇਹ ਤਾਂ ਆਪਾਂ ਨੂੰ ਦਿਖ ਰਿਹਾ ਕਿ ਸੁਖਦੇਸ਼ ਸਿੰਘ ਢਿੰਡਸਾ ਦੇ ਖੇਮੇ ਚ ਟਿਕਟ ਜਾਣੀ ਹੈ ਪਰ ਕਿਤੇ ਲੱਗੇ ਜਿਹੜੀ ਸਿਆਸਤ ਹੈ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੈ ਉਹਦੇ ਵਿੱਚ ਕੋਈ ਵੀ ਪੱਕਾ ਨਹੀਂ ਹੁੰਦਾ ਕਿ ਇਹ ਲੌਂਗ ਟਰਮ ਚੱਲੇਗਾ ਜਾਂ ਘੱਟ ਸਮੇਂ ਚ ਸਿਆਸਤ ਦੇ ਵਿੱਚ ਕੁਝ ਨਹੀਂ ਪਤਾ ਹੁਣ ਆਪਾਂ ਕੱਲ ਦੇਖਿਆ ਆਪਾਂ ਇਸ ਨੂੰ ਗੱਲ ਕਰਕੇ ਅਗਲੀ ਥੋੜੀ ਛੋਟੀ ਗੱਲ ਕਰਦੇ ਹਾਂ ਕਿ ਕੱਲ ਕਿਸੇ ਨੂੰ ਪਤਾ ਸੀ ਕਿ ਜਿਹੜੇ ਬਿੱਟੂ ਹੈ ਰਮਨੀਤ ਬਿੱਟੂ ਤੇ ਉਹ 5 ਮਿੰਟ ਜੀ ਚਲੇ ਜਾਣਗੇ ਭਾਜਪਾ ਚ ਉਹ ਤਾਂ ਜਦੋਂ ਫੋਟੋ ਦੇਖੀ ਉਦੋਂ ਪਤਾ ਲੱਗਿਆ ਕਿ ਰਮਨੀਤ ਬਿੱਟੂ ਭਾਜਪਾ ਚਲੇ ਗਏ ਇਸ ਕਰਕੇ ਸਿਆਸਤ ਦੇ ਵਿੱਚ ਕੁਝ ਨਹੀਂ ਪਤਾ ਕੀ ਹੋਣਾ ਨਹੀਂ ਬੇਸ਼ੱਕ ਉਹ ਭਾਜਪਾ ਦੇ ਖਿਲਾਫ ਵੀ ਲਗਾਤਾਰ ਟਿੱਪਣੀ ਵੀ ਕਰਦੇ ਰਹਿੰਦੇ ਸੀ ਉਹ ਰੈਲੀਆਂ ਜਾਂਦੇ ਰਹੇ ਪਰਸੋਂ ਭਾਜਪਾ ਦੇ ਖਿਲਾਫ ਬੋਲਦੇ ਰਹੇ ਪਰਸੋਂ ਦੀ ਮੈਂ ਕਿਤੇ ਵਾਈਟ ਸੁਣ ਰਿਹਾ ਸੀਗਾ ਰਮਨੀਤ ਬਿੱਟੂ ਦੀ ਤੇ ਉਹ ਭਾਜਪਾ ਦੇ ਖਿਲਾਫ ਬੋਲ ਰਹੇ ਸੀਗੇ ਆਵਾ ਦੇ ਪਾਰਟੀ ਖਿਲਾਫ ਬੋਲ ਰਹੇ ਸੀਗੇ ਉਹ ਤੇ ਕੱਲ ਉਹ ਤਾਂ ਪਤਾ ਹੀ ਉਦੋਂ ਲੱਗਿਆ ਜਦੋਂ ਸ਼ਾਮ ਨੂੰ ਉਹ ਭਾਜਪਾ ਸ਼ਾਮਲ ਹੋ ਗਏ ਇਸ ਕਰਕੇ ਕੱਲ ਜਿਹੜਾ ਸਿਆਸਤ ਹੈ ਤੇ ਇਹੀ ਜਾ ਰਿਹਾ ਹੈ ਕਿ ਜਿਹੜੀ ਸੰਗਰੂਰ ਸ਼ੀਟ ਹੈ ਉਹ ਢੀਂਸਾ ਪਰਿਵਾਰ ਨੂੰ ਮਿਲੇਗੀ ਪਰ ਫਿਰ ਵੀ ਸਿਆਸਤ ਦੇ ਵਿੱਚ ਕੀ ਹੋਏਗਾ ਇਹ ਤਾਂ ਹਲੇ ਪਾਰਟੀ ਜਿਹੜੀ ਹੈਗੀ ਹੈ ਕੋਰ ਕਮੇਟੀ ਉਹ ਹੀ ਦੇਖੇਗੀ ਬਿਲਕੁਲ ਜੇਕਰ ਗੱਲ ਕੀਤੀ ਆਵੇ ਸੰਗਰੂਰ ਤੋਂ ਬਾਅਦ ਆਪਾਂ ਹੋਰ ਜਿਹੜਾ ਏਰੀਆ ਦੀ ਗੱਲ ਕੀਤੇ ਆ ਫਰੋਜ਼ਪੁਰ ਦੀ ਫਰੋਜ਼ਪੁਰ ਬਹੁਤ ਜਿਹੜਾ ਚਰਚਿਤ ਚਿਹਰਾ ਜਿੱਥੇ ਕਿ ਸੁਖਵਿੰਦਰ ਸਿੰਘ ਬਾਦਲ ਜਣੇ ਨੇ ਅਕਸਰ ਜਿਹੜਾ ਚੋਲ ਲੜਦੇ ਰਹੇ ਨੇ ਤਾਂ ਉੱਥੋਂ ਜਿਹੜੇ ਉਹਨਾਂ ਨੇ ਉੱਥੇ ਦੇ ਮੌਜੂਦਾ ਐਮਪੀ ਨੇ ਜੇਕਰ ਗੱਲ ਕੀਤੀ ਆਵੇ ਤਾਂ ਲੰਬਾ ਸਮਾਂ ਜਿਹੜਾ ਉੱਥੇ ਉਹਨਾਂ ਨੇ ਸੇਵਾ ਵੀ ਕੀਤੀ ਹੈ ਪਰ ਉਹ ਚਾਉਂਦੇ ਨਹੀਂ ਸਵਾ ਜਿਹੜਾ ਮੈਂ ਟੀਕਰ ਜਿਹੜਾ ਉੱਥੋਂ ਨਾ ਲੜਾ ਕਿਉਂਕਿ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੀ ਯਾਤਰਾ ਚਲਾਈ ਗਈ ਹੈ ਤਾਂ ਉਹ ਦੇਖ ਰਹੇ ਨੇ ਵੀ ਕਿੱਥੋਂ ਜਿਹੜਾ ਮੈਨੂੰ ਵੱਡਾ ਜਿਹੜਾ ਹੰਗਾਰਾ ਮਿਲ ਰਿਹਾ ਵੀ ਕਿੱਥੋਂ ਲੋਕ ਜਿਹੜੇ ਮੈਨੂੰ ਜ਼ਿਆਦਾ ਪਿਆਰ ਕਰ ਰਹੇ ਨੇ ਤਾਂ ਹੋ ਸਕਦਾ ਉਹ ਇੱਕ ਅਲੱਗ ਜਗ੍ਹਾ ਦਾ ਸੀਟਾ ਹੋਵੇ। ਸਮਝ ਨਹੀਂ ਕਿ ਇਹ ਵੀ ਦੇਖਿਆ ਜਾ ਰਿਹਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਵੀ ਮੈਂ ਟਿਕਟ ਨਾ ਲੜਾਂ ਤੇ ਮੈਂ ਪਾਰਟੀ ਨੂੰ ਉੱਪਰ ਲੈ ਕੇ ਜਾਵਾਂ। ਤਾਂ ਮੰਨ ਲਓ ਕਿਤੇ ਨਾ ਕਿਤੇ ਜਦੋਂ ਮੰਨ ਲਓ ਤੁਹਾਡੇ ਕੋਲ ਕੋਈ ਜ਼ਿੰਮੇਵਾਰੀ ਹੁੰਦੀ ਹੈ ਚਾਹੇ ਐਮਪੀ ਆ ਚਾਹੇ ਐਮਐਲਏ ਆ ਤੇ ਤੁਹਾਡੇ ਕੋਲ ਉਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ। ਜੇ ਤੁਸੀਂ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡਾ ਕਿਤੇ ਨਾ ਕਿਤੇ ਪਾਰਟੀ ਦੀ ਤੁਸੀਂ ਟਾਈਮ ਨਹੀਂ ਦੇ ਆਵੇਗਾ ਤੁਹਾਨੂੰ ਲੱਗਦਾ ਨਹੀਂ ਕਿ ਉਹ ਅਸਤਾ ਜਿੱਤ ਕੇ ਆਇਆ ਵੀ ਪਾਰਟੀ ਦਾ ਮੁਖੀ ਜਿਹੜਾ ਉਹ ਹੈ ਬਿਲਕੁਲ ਇਹ ਦੇਖੋ ਇਹ ਵੱਡਾ ਡਰਦਾ ਹੈਗਾ ਪਰ ਨਾਲ ਦੀ ਨਾਲ ਇਹ ਵੀ ਕਿਉਂਕਿ ਪਾਰਟੀ ਨੂੰ ਦੇਖੋ ਸਰਵਾਈਵ ਕਰਨਾ ਇੱਕ ਵੱਡੀ ਗੱਲ ਹੈ ਇੱਕ ਵੱਡੀ ਜ਼ਿੰਮੇਵਾਰੀ ਹੈ ਪਾਰਟੀ ਦਾ ਜਿਹੜਾ ਤੁਹਾਡਾ ਵੋਟ ਬੈਂਕ ਹੈ 34% ਤੋਂ ਨੀਚੇ ਘਟ ਕੇ 20% ਤੇ ਆ ਗਿਆ ਹਨ 14% ਤੁਹਾਡਾ ਵੋਟ ਬੈਂਕ ਗਿਰ ਗਿਆ 2022 ਅੱਗੇ 2027 ਵੀ ਨੇੜੇ ਆ ਕੋ ਬਹੁਤ ਹੀ ਦੂਰ ਨਹੀਂ 24 ਤਾਂ ਆ ਗਿਆ ਠੀਕ ਹੈ ਇਸ ਕਰਕੇ ਸ਼ਾਇਦ ਸੁਖਵੀਰ ਸਿੰਘ ਬਾਦਲੇ ਚਾਹੁੰਦੇ ਨੇ ਕਿ ਆਪਾਂ ਟਾਈਮ ਜਿਹੜਾ ਸਾਰਾ ਪਾਰਟੀ ਨੂੰ ਦਿੱਤਾ ਜਾਵੇ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਤੇ ਆਪਣੇ ਲੀਡਰਾਂ ਨੂੰ ਕਿ ਤੇ ਕਿਉਂ ਨਾ 2027 ਦੀ ਤਿਆਰੀ ਕੀਤੀ ਜਾਵੇ ਸ਼ਹਿਰ ਨਾਲ ਲੜਨ ਉਹ ਬਿਲਕੁਲ ਹੋ ਸਕਦਾ ਹੈ ਕਿਉਂਕਿ ਚਰਚਾ ਦੇ ਨਾਮ ਉਹ ਜਿਹੜਾ ਹੋਰ ਵੀ ਆ ਰਿਹਾ ਰੋਜੀ ਬਰਗੰਦੀ ਯਾਨੀ ਕਿ ਰੋਜੀ ਬਰਗੰਦੀ ਉਹ ਚਿਹਰੇ ਨੇ ਜਿਹੜਾ ਨੌਜਵਾਨ ਜਿਹੜਾ ਆਗੂ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਬਹੁਤ ਨਜ਼ਦੀਕੀ ਨੇ ਕਿਉਂਕਿ ਅਕਸਰ ਹੀ ਆਪਾਂ ਦੇਖਿਆ ਜਦੋਂ ਸੁਖਬੀਰ ਸਿੰਘ ਬਾਦਲ ਜਾ ਰਹੇ ਹੁੰਦੇ ਨੇ ਤਾਂ ਉਹਨਾਂ ਦੀ ਗੱਡੀ ਦੇ ਵਿੱਚ ਉਹ ਅਕਸਰ ਹੀ ਮੌਜੂਦ ਨੇ ਨੇੜੇ ਗਵਾਂਡੀ ਵੀ ਹੈ ਇਹਨਾਂ ਦੇ ਸ਼ਹਿਰ ਨੇੜੇ ਦੇ ਇਲਾਕੇ ਦੇ ਨੇ ਕਿਉਂਕਿ ਉਹਨਾਂ ਦਾ ਚੰਗਾ ਦਾਰ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਜੇਕਰ ਪਿੱਛੇ ਆਪਾਂ ਗੱਲ ਕੀਤੀ ਜਾਵੇ ਜਦੋਂ ਉਹ ਤਸਕਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਜਿਹੜਾ ਉਹਦਾ ਬਿਆਨ ਦਿੱਤਾ ਸੀ ਤਾਂ ਉਹ ਥਾਣੇ 'ਚ ਵੀ ਗਏ ਸੀ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦਾ ਜਿਵੇਂ ਇਸ ਚਿਹਰੇ ਤੇ ਵੀ ਜਿਹੜੀ ਆ ਮੋਰ ਆ ਉਹ ਲੱਗ ਸਕਦੀ ਆ ਪਰ ਪਾਰਟੀ ਨੇ ਕੀ ਫੈਸਲਾ ਕਰਨਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਇੱਥੋਂ ਜਿਹੜੇ ਨੇ ਲੰਬੇ ਸਮੇਂ ਤੋਂ ਸੀਐਮ ਵੀ ਕਰ ਰਹੇ ਨੇ ਪਰ ਉਹ ਚਾਹਣਗੇ ਕਿ ਮੈਂ ਇਸ ਵਾਰ ਜਿਹੜਾ ਨਾਂ ਟਿਕਟ ਇੱਥੋਂ ਲੜਾਂ ਕਿ ਆਪਣਾ ਕਿਸੇ ਸਾਥੀ ਨੂੰ ਦਵਾਂ ਇੱਕ ਹੋਰ ਜਿਹੜਾ ਚਿਹਰਾ ਸਾਹਮਣੇ ਆ ਰਿਹਾ ਵਰਦੇਵ ਨਿਆਣੀ ਮਾਨ ਜਨਕਿ ਜੇਕਰ ਉੱਥੇ ਜਿਹੜਾ ਕਰ ਗੱਲ ਕੀਤੀ ਜਾਵੇ ਤਾਂ ਉਹ ਜੋਰਾ ਸਿੰਘ ਮਾਨ ਦੇ ਪੁੱਤਰ ਨੇ ਜੋਗੀ ਸ਼ਰੋਮਣੀ ਅਕਾਲੀ ਦਲ ਦੇ ਵੱਡੇ ਚ ਇੱਕ ਵੱਡਾ ਨਾਮ ਸੀ ਜੋਰਾ ਸਿੰਘ ਮਾਨ ਸ਼੍ਰੋਮ ਅਕਾਲੀ ਦਲ ਦੇ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਤਾਂ ਜੋਰਾ ਸਿੰਘ ਮਾਨ ਇੱਕ ਵੱਡਾ ਚਿਹਰਾ ਹੁੰਦੇ ਸੀ ਅਕਾਲੀ ਦਲ ਦੇ ਵਿੱਚ ਜਿਵੇਂ ਆਪਾਂ ਅੱਜ ਕੱਲ ਸੁਖਦੇਵ ਸਿੰਘ ਢਿੰਡਸਾ ਵੱਡਾ ਚਿਹਰਾ ਗਏ ਨੇ ਤਾਂ ਜੋਰਾ ਸਿੰਘ ਮਾਨ ਵੱਡਾ ਚਿਹਰਾ ਰਹੇ ਨੇ ਅਕਾਲੀ ਦਲ ਦਾ ਔਰ ਇਲਾਕੇ ਚੰਗਾ ਆਧਾਰ ਰਿਹਾ ਲੋਕਾਂ ਦੇ ਕੰਮ ਬਹੁਤ ਕਰਾਏ ਉਹਨਾਂ ਨੇ ਅਕਾਲੀ ਦਲ ਦੇ ਬਿਲਕੁਲ ਉਹੀ ਕੋਈ ਮੈਂ ਜ਼ਿਕਰ ਕਰ ਰਿਹਾ ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਆਵੇ ਤਾਂ ਇਹਨਾਂ ਦਾ ਵੀ ਚੰਗਾ ਆਧਾਰ ਸੀ ਪੁਰਾਣੇ ਲੀਡਰਾਂ ਦੇ ਨਾਲ ਚੰਗੇ ਸਬੰਧ ਸਨ ਤਾਂ ਜੇਕਰ ਕੇਂਦਰ ਸਰਕਾਰ ਦੀ ਗੱਲ ਕੀਤੀ ਆਵੇ ਉਹਨਾਂ ਨਾਲ ਵੀ ਅਰ ਬੜਾਈ ਤੁਸੀਂ ਵੀ ਰਿਪੋਰਟ ਕਰ ਦਿੱਤੀ ਹੈ ਕਿ ਹੋਰ ਵੀ ਹੈਗਾ ਜੇ ਆਪਾਂ ਦੇਖੀ ਜਿਵੇਂ ਆਪਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ ਹੈ ਤਾਂ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਕਿਉਂਕਿ ਬਠਿੰਡਾ ਜਿਹੜਾ ਉਹਦਾ ਗੜ ਮੰਨਿਆ ਜਾਂਦਾ ਆਪਾਂ ਬਠਿੰਡਾ ਸਟੇਟ ਦੀ ਗੱਲ ਕਰ ਲਈਏ ਪਹਿਲਾਂ ਜਿਹੜਾ ਬਠਿੰਡਾ ਹੈਗਾ ਉਹ ਬਾਦਲ ਪਰਿਵਾਰ ਦਾ ਗੜ ਹੈ ਜੇ ਆਪਾਂ ਗੱਲ ਕਰੀਏ ਕਿ ਜੀਰਕਪੁਰ ਤੋਂ ਲੈ ਕੇ ਬਠਿੰਡੇ ਤੱਕ ਦਾ ਜਿਹੜਾ ਮੇਨ ਹਾਈਵੇ ਆ ਵੱਡਾ ਤਾਂ ਬੇਸ਼ੱਕ ਇਹ ਸੈਂਟਰ ਦੇ ਪ੍ਰੋਜੈਕਟ ਹੈਗਾ ਸੈਂਟਰ ਦਾ ਪਰ ਉਹਨੂੰ ਲਿਆਉਣ ਵਾਲੇ ਤਾਂ ਬਾਦਲ ਪਰਿਵਾਰ ਹੈ ਕਿਉਂਕਿ ਸੈਂਟਰਲ ਸਿੱਧੀ ਟਾਈਅਪ ਸੀ ਕਿਉਂਕਿ ਪਿਆਰ ਦੀ ਚੰਗਾ ਕਿਉਂਕਿ ਉਦੋਂ ਕੇਂਦਰੀ ਮੰਤਰੀ ਸੀਗੇ ਉਦੋਂ ਹਰਸਿਮਰਤ ਕੌਰ ਬਾਦਲ ਤਾਂ ਇਸ ਕਰ ਵਿਕਾਸ ਕਾਰ ਬਹੁਤ ਕਰਾਇਆ ਨਾ ਤੁਸੀਂ ਬਠਿੰਡੇ ਜਾ ਕੇ ਦੇਖੋਗੇ ਤਾਂ ਬਠਿੰਡੇ ਨੂੰ ਇੱਕ ਚੰਡੀਗੜ੍ਹ ਵਰਗਾ ਸ਼ਹਿਰ ਬਣਾਇਆ ਹੋਇਆ ਆਸ-ਪਾਸ ਜਿਹੜੇ ਰੋਡ ਨੇ ਵੱਡੀਆਂ ਨੇ ਸੜਕਾਂ ਵੱਡੀਆਂ ਬਣਾਈਆਂ ਹੋਈਆਂ ਨੇ ਤੇ ਬਠਿੰਡੇ ਦੇ ਬਹੁਤ ਕਾਫੀ ਜਿਹੜੀ ਡਿਵੈਲਪਮੈਂਟ ਹੋਈ ਆ ਬਠਿੰਡੇ ਹੋਈ ਆ ਉਹ ਕਿਉਂਕਿ ਬਾਦਲ ਪਰਿਵਾਰ ਨੇ ਕਰਾਈਆ ਇਸ ਕਰਕੇ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੋਣਾ ਤਾਂ ਦੇਖੋ ਅੱਗੇ ਜਾ ਕੇ ਕੀ ਆ ਪਤਾ ਨਹੀਂਗਾ ਕਿਉਂਕਿ ਸਾਰੇ ਜਿਹੜੇ ਜਦੋਂ ਆਪਾਂ ਕਾਂਗਰਸ ਦੀ ਗੱਲ ਕਰੀਏ ਅਮਰਤਾ ਵੜਿੰਗ ਨੇ ਜਿਹੜੇ ਰਾਜਾ ਵੜਿੰਗ ਦੀ ਧਰਮਪਤਨੀ ਆ ਉਹ ਵੀ ਕਹਿੰਦੇ ਨੇ ਸ਼ਹਿਰ ਕਾਂਗਰਸ ਤੋਂ ਲੜਨਗੇ ਉਹ ਵੀ ਬਠਿੰਡੇ ਦੇ ਰਹਿ ਹਣਾ ਤੇ ਹੈ ਤਾਂ ਸਾਰੇ ਬਠਿੰਡੇ ਏਰੀਆ ਦੇ ਹੀ ਆ ਪਰ ਜੇਕਰ ਆਪਾਂ ਗੱਲ ਕਰੀਏ ਤੇ ਜਿਹੜਾ ਬਾਦਲ ਪਰਿਵਾਰ ਹੈ ਬਾਦਲ ਪਰਿਵਾਰ ਦਾ ਉੱਥੇ ਲੀਡਰਸ਼ਿਪ ਜਿਹੜੀ ਹੈਗੀ ਹੈ ਕਿ ਗੜ ਲੀਡਰਸ਼ਿਪ ਜਿਹੜੀ ਮੰਨੀ ਜਾਂਦੀ ਹੈ ਇਸ ਕਰਕੇ ਹੋ ਸਕਦਾ ਸੁਖਵੀਰ ਸਿੰਘ ਬਾਦਲ ਹੀ ਲੜ ਪੈਣ ਉੱਥੋਂ ਜਾਨਕੀ ਉਹ ਪਰਿਵਾਰ ਤੇ ਗੱਲ ਕੀਤੀ ਆ ਹਰਸੀਮਰਤ ਕੋ ਬਾਦਲ ਦੀ ਗੱਲ ਕੀਤੀ ਆ ਬੇਜਾਇ ਦੀ ਗੱਲ ਕੀਤੀ ਹੈ ਪਰਿਵਾਰ ਦੇ ਇੱਕ ਬੰਦੇ ਜਿਹੜਾ ਟਿਕਟੋਕ ਇਸ ਏਰੀਆ ਤੇ ਆ ਰਿਹਾ ਹੋਈ ਕਮਰਜੀਤ ਹੋਰ ਗੱਲ ਆਈ ਸਵਾਰੀ ਜਦੋਂ ਇਹਨਾਂ ਦਾ ਜਿਹੜੇ ਤੋੜ ਵਿਛੋੜ ਹੋਇਆ ਨਾ ਕੱਲ ਇਸ ਕਰਕੇ ਤਾਂ ਅਕਾਲੀ ਦਲ ਦੇ ਜਿਹੜੇ 13 ਮੈਂਬਰ ਪਾਰਲੀਮੈਂਟ ਵਜੋਂ ਉਮੀਦਵਾਰ ਹੈ ਹਨਾ ਉਹ ਲੱਭਣੇ ਵੀ ਬੜੇ ਮੁਸ਼ਕਲ ਹੋ ਜਾਂਦੇ ਨੇ ਹੋ ਸਕਦਾ ਕਿ ਇਹ ਸ਼ੀਡ ਅਦਲਾ ਬਦਲੀ ਨਾ ਹੋ ਜੇ ਮੰਨ ਲਓ ਵੀ ਸੁਖਵੀਰ ਸੁਖਵੀਰ ਸਿੰਘ ਬਾਦਲ ਨੇ ਬਠਿੰਡੇ ਆ ਜਾਣ ਹਰਸੀਮਰ ਕੋਰ ਬਾਦਲ ਨੂੰ ਕਿਤੇ ਹੋਰ ਲੜਾ ਰਹੇ ਹਨਾ ਸ਼ੀਡ ਦੀ ਅਦਲਾ ਬਦਲੀ ਵੀ ਕਿਤੇ ਨੇ ਇੱਧਰ ਉੱਧਰ ਜਿਹੜੀ ਹੋ ਸਕਦੀ ਹੈ ਤੇ ਆਪਾਂ ਅਗਲੀ ਗੱਲ ਕਰਦੇ ਹਾਂ ਜੇ ਅਗਲੀ ਗੱਲ ਕਰੀਏ ਆਪਾਂ ਲੁਧਿਆਣਾ ਦੀ ਜਿਹੜਾ ਲੁਧਿਆਣਾ ਹੈਗਾ ਲੁਧਿਆਣਾ ਸਟੀ ਏਰੀਆ ਬਹੁਤ ਵੱਡਾ ਇੰਨਾ ਬਿਲਕੁਲ ਇੱਕ ਉਦਯੋਗਿਕ ਸ਼ਹਿਰ ਵਜੋਂ ਜਿਹੜਾ ਜਾਣਿਆ ਨਾ ਮਹਾਨਗਰ ਹੈਗਾ ਉਦਯੋਗਿਕ ਸ਼ਹਿਰ ਵਜੋਂ ਜਾਣਿਆ ਜਾਂਦਾ ਉੱਤੇ ਮਨਪ੍ਰ ਉਹ ਵੀ ਨੌਜਵਾਨ ਚਿਹਰੇ ਨੇ ਔਰ ਕਾਲੀ ਦਲ ਚ ਵੀ ਚੰਗਾ ਆਧਾਰ ਆ ਲੋਕਾਂ ਚੰਗਾ ਆਧਾਰ ਆ ਹਲਕੇ ਦੇ ਵਿੱਚ ਉਹਨਾਂ ਦਾ ਨਾਮ ਵੀ ਵਧੀਆ ਨਾਮ ਆ ਉਹਨਾਂ ਦਾ ਜਿਹੜਾ ਮਨਪ੍ਰੀਤ ਸਿੰਘ ਐਲੀ ਔਰ ਤੁਹਾਡੇ ਯਾਦ ਹੋਣਾ ਅਮਰਜੀਤ ਜਦੋਂ ਰਾਸ਼ਟਰਪਤੀ ਜਿਹੜੇ ਭਾਰਦੇ ਨੇ ਉਹ ਬਣੇ ਸੀਗੇ ਜਦੋਂ ਦ੍ਰੋਪਤੀ ਮੁਰਮੂ ਜਦੋਂ ਉਹਨਾਂ ਦੀ VOTING ਦੀ ਵਾਰੀ ਆਈ ਸੀ ਨਾ ਤਾਂ ਇੱਕ ਮਨਪ੍ਰੀਤ ਸਿੰਘ ਆਲੀ ਉਹ ਚਰਚਾ ਚਾਈ ਸੀਗੀ ਤਾਂ ਉਹਨਾਂ ਨੇ ਵਿਧਾਨ ਸਭਾ ਚ ਕੇ VOTE ਪਾਉਣ ਤੋਂ ਮਨਾ ਕਰਤਾ ਸੀਗਾ ਜੋ ਬਾਹਰ ਆ ਗਏ ਸੀਗੇ ਕਿ ਮੈਂ ਅਰ ਉਹ ਤੋਂ ਬਿਆਨ ਵੀ ਦਿੱਤਾ ਸੀ ਬਾਹਰ ਆ ਕੇ ਉਹਨਾਂ ਨੇ ਤੇ ਉਹ ਇੱਕ ਕੱਲੇ ਜਿਹੜੇ ਐਮਐਮਐਲਏ ਸੀਗੇ ਜਿਨ੍ਹਾਂ ਨੇ VOTE ਪਾਉਣ ਤੋਂ ਮਨਾ ਕਰਤਾ ਸੀਗਾ ਔਰ ਵੱਡੀ ਚਰਚਾ ਦੇ ਵਿੱਚ ਆਈ ਸੀ ਮਨਪ੍ਰੀਤ ਸਿੰਘ ਆਲੀ ਉਹ ਉਹ ਬੰਦੇ ਨੇ ਹੈਗੇ ਨੇ ਉਹ ਤੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਵੀ ਲੜਾਇਆ ਜਾ ਸਕਦਾ ਲੁਧਿਆਣਾ ਦੇ ਉਹ ਕਿਉਂਕਿ ਇੱਕ ਹੋਰ ਹੈ ਉੱਥੇ ਜਿਹੜਾ ਲੁਧਿਆਣਾ ਸ਼ਹਿਰ ਆ ਦੇਖੋ ਜਿਹੜੀਆਂ VOTE ਬੈਂਕ ਹੁੰਦਾ ਨਾ ਇਹ ਕਿਤੇ ਨਾ ਨੀਤੀ ਨਾਲ ਵੀ ਜਿਹੜਾ ਜੋੜ ਕੇ ਦੇਖਿਆ ਜਾਂਦਾ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਚਾਹੇ ਆਨੰਦਪੁਰ ਸਾਹਿਬ ਆ ਚਾਹੇ ਅਮਰਸਰ ਹੈਗਾ ਚਾਹੇ ਲੁਧਿਆਣਾ ਹੈ ਜੇ ਪਟਿਆਲਾ ਚ ਸ਼ਹਿਰੀ ਹੈ ਤੇ ਜਿਵੇਂ ਉੱਥੇ ਬੋਟ ਬੈਂਕ ਦੇਖੀ ਜਾਂਦੀ ਹੈ ਕਿ ਜ਼ਿਆਦਾ ਕਰਕੇ ਹਿੰਦੂ ਕਮਿਊਨਿਟੀ ਦੀ ਵੋਟ ਜ਼ਿਆਦਾ ਹੈ ਜਾਂ ਸਿੱਖ ਕਮਿਊਨਿਟੀ ਦੀ ਵੋਟ ਜਿਹੜਾ ਲੁਧਿਆਣਾ ਸ਼ਹਿਰ ਆ ਉਹ ਇੱਕ ਸਿੱਖ ਚਿਹਰੇ ਵਜੋਂ ਉੱਥੇ ਜਿਹੜਾ ਲੀਡਰ ਹੈ ਕਿਉਂਕਿ ਕਾਂਗਰਸ ਰਮਨੀਤ ਮਿੱਟੂ ਨੂੰ ਲਿਆਉਂਦੇ ਰਹੀ ਆ ਉੱਥੇ ਤਾਂ ਇਸ ਕਰਕੇ ਵੀ ਉੱਥੋਂ ਜਿਹੜਾ ਸਿੱਖ ਚਿਹਰੇ ਨੂੰ ਕਿਉਂਕਿ ਉਤਾਰਿਆ ਉਤਾਰਿਆ ਜਾਵੇ ਜਿਨ੍ਹਾਂ ਸਿੱਖ ਚਿਹਰੇ ਚ ਜ਼ਿਆਦਾ ਉਧਾਰ ਹੈ ਉਹ ਹਾੜਾ ਹੈਗਾ ਅਕਸਰ ਉਹ ਜਿੱਤਦੇ ਰਹੇ ਨੇ ਇੱਕਰ ਗੱਲ ਕਾਂਗਰਸ ਤਾਂ ਜਿੱਤੇ ਰਹੇ ਇਸ ਕਰਕੇ ਮਨਪ੍ਰੀਤ ਸਿੰਘ ਯਾਲੀ ਜਿਹੜੇ ਇੱਕ ਸਿੱਖ ਚਿਹਰੇ ਵਜੋਂ ਵੀ ਜਾਣੇ ਜਾਂਦੇ ਨੇ ਤੇ ਇਸ ਕਰਕੇ ਇਹਨਾਂ ਨੂੰ ਉੱਥੋਂ ਜਿਹੜਾ ਉਤਾਰਿਆ ਜਾ ਸਕਦਾ ਤੇ ਅਗਲੀ ਗੱਲ ਜਿਹੜੀ ਆਪਾਂ ਉੱਥੋਂ ਦੀ ਬਠਿੰਡੇ ਤਾਂ ਕਰਕੇ ਛੱਡਿਆ ਗੱਲ ਤੇ ਹੁਣ ਆਪਾਂ ਜਿਹੜੀ ਆਨੰਦਪੁਰ ਸਾਹਿਬ ਦੀ ਆਨ ਸੱਤ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈ ਨਾ ਟਾਈਮ ਜ਼ਿਆਦਾ ਹੋਣ ਕਰਕੇ ਜਿਹੜੀਆਂ ਅਗਲੀਆਂ ਸੀਟਾਂ ਰਹਿ ਗਈਆਂ ਉਹਨੂੰ ਆਪਾਂ ਅਗਲੇ ਜਿਹੜਾ ਕੱਲ੍ਹ ਦੁਆਰਾ ਵਿਚਾਰਿਆ ਜਾਵੇਗਾ ਕੱਲ੍ਹ ਉੱਤੇ ਆਪਾਂ ਚਰਚਾ ਕਰ ਲਾਂਗੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਬਿਲਕੁਲ ਬਿਲਕੁਲ ਪਾਣਾ ਜਿਸ ਤਰ੍ਹਾਂ ਅੱਜ ਆਪਾਂ ਬੋਲਦਾ ਪੰਜਾਬ ਨੂੰ ਜ਼ਿਕਰ ਕੀਤਾ ਵੀ ਜਿਹੜਾ ਅਕਾਲੀ ਦਲ ਆ ਉਹ ਕਿਹੜੇ ਚਿਹਰਿਆਂ ਦੇ ਉੱਪਰ ਮੋਹਰ ਲਗਾ ਸਕਦਾ ਕਿਉਂਕਿ ਅਸੀਂ ਜਿਹੜਾ ਤੁਹਾਨੂੰ ਸੋਣਾ ਪੂਰੀ ਜਿਹੜੀ ਵੇਰਵੇ ਦੇ ਨਾਲ ਜਿਹੜੀ ਹੈ ਇਹ ਸਾਰੀ ਜਿਹੜੀ ਹੈ ਸ੍ਰਿਸ਼ਟੀ ਦੱਸਿਆ ਵੀ ਕਿਹੜੇ ਜਿਹੜਾ ਉਮੀਦਵਾਰ ਦਾ ਕੀ ਕੰਮ ਹੈ ਤੇ ਉੱਥੇ ਕੀ ਕੁ ਕਿਉਂਕਿ ਅਕਸਰ ਹੀ ਆਪਾਂ ਦੇਖਦਾ ਕਿਉਂਕਿ ਪਾਰਟੀ ਜਦੋਂ ਫੈਸਲਾ ਲੈਂਦੀ ਹੈ ਤਾਂ ਪੂਰਾ ਜਿਹੜਾ ਵਿਚਾਰ ਸੋਚ ਕੇ ਫੈਸਲਾ ਲੈਂਦੀ ਹੈ ਵੀ ਵਾਕਈ ਜਿਹੜਾ ਇਹ ਉਮੀਦਵਾਰ ਜਿਹੜਾ ਉਸ ਹਲਕੇ ਦੇ ਵਿੱਚ ਸੇਵਾ ਕਰ ਰਿਹਾ ਹੈ ਕਿੰਨਾ ਚਿਰ ਹੋ ਗਿਆ ਵਿਚਰ ਰਿਹਾ ਹੈ ਜਾਂ ਇਹਦਾ ਕਿੰਨਾ ਕੁ ਆਧਾਰ ਹੈ ਕਿ ਧਾਰਮਿਕ ਪੱਖੋਂ ਦੀ ਗੱਲ ਕੀਤੀ ਆਵੇ ਜਾਂ ਸਮਾਜੀ ਪੱਖੋਂ ਦੀ ਗੱਲ ਕੀਤੀ ਆਵੇ ਜਾਂ ਅਨੇਕਾਂ ਮਸਲਿਆਂ ਦੀ ਗੱਲ ਕੀਤੀ ਆਵੇ ਇਹ ਜਿਹੜਾ ਅਕਾਲੀ ਦਲ ਹੈ ਨਾ ਇਸ ਵਾਰੀ ਜਿਹੜੇ ਉਮੀਦਵਾਰ ਉਤਾਰੇਗਾ ਮੈਦਾਨ 'ਚ ਉਹ ਬੜਾ ਫੂਕ ਫੂਕ ਤੇ ਕਦਮ ਰੱਖ ਰਿਹਾ ਕਿਉਂ ਕਿ ਕਿਉਂਕਿ ਜਿਹੜੇ ਪਿਛਲੇ ਆ ਕਿਉਂਕਿ ਟੱਕਰ ਬੜੀ ਹੋਵੇ ਨਾ ਕਿਉਂਕਿ ਉਮੀਦਵਾਰ ਉਹਦਾ ਚਕੋਣੀ ਟੱਕਰ ਤਾਂ ਹੋ ਹੀ ਗਈ ਪੰਜਾਬ ਦੇ ਵਿੱਚ ਪਰ ਜਿਹੜੀਆਂ ਚੁਣੌਤੀਆਂ ਜੋ ਕਾਲੀ ਦਲ ਨਿਕਲਿਆ ਬੇਅਦਬੀ ਦੀਆਂ ਘਟਨਾਵਾਂ ਬਹੁਤ ਬਹੁਤ ਇਸ਼ੂ ਨੇ ਬਿਲਕੁਲ ਬਿਆਦਮੀ ਦੇ ਘਟਰਾਵਾ ਨਿਕਲੇ ਉਸ ਤੋਂ ਬਾਅਦ ਕੋਟ ਪੂਰਾ ਗੋਲੀकांड ਹੋਇਆ ਤੇ ਇਸ ਤੋਂ ਬਾਅਦ ਜਿਹੜੀ ਮਾਫੀ ਨਾਵਾ ਜਾਂ ਹੋਰ ਜਿਹੜੀਆਂ ਕਾਫੀ ਚੁਣੌਤੀਆਂ ਜਿਹੜੇ ਅਕਾਲੀ ਦਲ ਨੂੰ ਜਿਸ ਕਰਕੇ ਵੋਟ ਬੈਂਕ ਜਿਹੜਾ ਗਰਾਫ ਗਿਰਿਆ ਲੋਕ ਜਦੋਂ 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 ਵੋਟਾਂ ਮੰਗਣ ਵਾਸਤੇ ਜਾਣਗੇ ਤਾਂ ਲੋਕ ਇਸ ਮੁੱਦੇ ਬਾਰੇ ਵੀ ਜਿਹੜਾ ਗੱਲਬਾਤ ਆ ਜ਼ਰੂਰ ਕਰਨਗੇ ਵੀ ਜਿਹੜਾ ਤੁਸੀਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਆ ਜਾਂ ਕੋਟ ਪੂਰੇ ਗੋਲੀकांड ਹੋਇਆ ਜਾਂ ਨੇ ਕਰਿਆ ਕੀ ਕੀਤਾ ਕਿਉਂਕਿ ਤੁਹਾਡੀ ਸਰਕਾਰ ਸੀਗੀ ਤੇ ਇਸ ਕਰਕੇ ਉਹ ਉਮੀਦਵਾਰ ਉਹ ਚਾਹੁੰਦੇ ਆ ਅਕਾਲੀ ਦਲ ਚਾਹੁੰਦਾ ਹੈ ਕਿ ਐਦਾਂ ਦੇ ਸ਼ਖਸੀਅਤਾਂ ਨੂੰ ਜਿਹੜਾ ਉਮੀ ਸਕੇ ਤੇ ਜਿਹੜਾ ਚਰਚਾ ਦਾ ਵਿਸ਼ਾ ਵੀ ਘੱਟ ਹੋਵੇ ਤੇ ਜਿਹਦੀ ਸ਼ਬੀ ਆ ਜਿਹੜੀ ਲਾ ਕੇ ਸਾਫ ਸੁਥਰੀ ਹੋਵੇ ਤੇ ਇਹ ਨਾ ਹੋਵੇ ਕਿ ਉਹ ਇਹੋ ਜਿਹੇ ਮਾਮਲਿਆਂ ਦੇ ਵਿੱਚ ਪਹਿਲਾਂ ਕੋਈ ਲਿਪਤ ਰਿਹਾ ਹੋਵੇ ਜਾਂ ਕੋਈ ਇਹੋ ਜਿਹੇ ਮਾਮਲਿਆਂ ਦੇ ਵਿੱਚ ਆਇਆ ਹੋਵੇ ਜਾਂ ਉਹ ਪਹਿਲਾਂ ਕਾਫੀ ਚਰਚਾ ਚ ਰਿਹਾ ਹੋਵੇ ਇਹ ਜੇ ਮਾਮਲਿਆਂ ਨੂੰ ਲੈ ਕੇ ਤੇ ਦੁਬਾਰਾ ਉਹਨੂੰ ਮੈਦਾਨ 'ਚ ਉਤਾਰ ਦੇ ਤੇ ਲੋਕਾਂ ਨੂੰ ਜਵਾਬ ਦੇਣਾ ਪੋਵੇ ਹਨ ਔਰ ਇੱਕ ਹੋਰ ਗੱਲ ਅੱਗੇ ਕਿਸਾਨਾਂ ਦਾ ਵੀ ਮੁੱਦਾ ਹੈਗਾ ਉਹ ਵੀ ਇੱਕ ਵੱਡਾ ਜਿਹੜਾ ਦੇਖ ਕੇ ਚੱਲ ਰਿਹਾ ਅਬ ਅਕਾਲੀ ਦਲ ਇਹ ਹੋ ਸਕਦਾ ਕੋਈ ਇਦਾਂ ਦਾ ਹੀ ਚਿਹਰਾ ਲਿਆ ਜਾਵੇ ਤੇ ਜਿਹੜਾ ਕਿਸਾਨਾਂ ਦੇ ਕਾਫੀ ਨੇੜੇ ਹੋਵੇ ਜਾਂ ਕਿਸਾਨਾਂ ਨਾਲ ਕਾਫੀ ਕੰਮ ਕੀਤਾ ਹੋਵੇ ਤੇ ਕਿਉਂ ਨਾ ਜਿਹੜਾ ਉਹ ਵੋਟ ਬੈਂਕ ਉਹਨਾਂ ਦਾ ਹਿਸਾਰਾ ਲਿਆ ਜਨਕਿ ਜਿਸ ਏਰੀਏ ਦੇ ਵਿੱਚ ਜਾਣ ਜਿਹੜਾ ਕਿਸਾਨ ਆ ਵਿਰੋਧ ਨਾ ਕਰਨ ਕਿਉਂਕਿ ਉਹ ਕਹਿਣਗੇ ਵੀ ਤੁਸੀਂ ਵੀ ਜਿਹੜਾ ਬੀਜੇਪੀ ਦੇ ਭਾਈਵਾਲ ਸੀ ਵੀ ਤੁਸੀਂ ਵੀ ਜਿਹੜਾ ਇਸ ਮਸਲੇ ਨੂੰ ਹੱਲ ਕਰਵਾ ਸਕਦੇ ਸੀ ਕਿਉਂ ਨਹੀਂ ਕਰਵਾਇਆ ਕਿਉਂਕਿ ਅਨੇਕਾ ਮੁੱਦੇ ਨੇ ਜਿਹੜਾ ਕਿਸਾਨਾਂ ਨੇ ਐਮਐਸਪੀ ਨੂੰ ਲੈ ਕੇ ਪਰ ਗੱਲ ਟੁੱਟਣ ਨਾਲ ਉਹੀ ਗੱਲ ਆਪਾਂ ਕੱਲ ਕਰਕੇ ਛੱਡੇ ਆ ਜਿਹੜੀ ਗੱਠ ਜਿਹੜਾ ਟੁੱਟਣ ਤੋਂ ਬਾਅਦ ਅਕਾਲੀ ਦਲ ਇਹ ਕਹਿਣ ਜੁਗਾ ਜ਼ਰੂਰ ਹੋ ਗਿਆ ਕਿ ਦੇਖੋ ਜੀ ਅਸੀਂ ਤਾਂ ਕਿਸਾਨ ਆ ਕਿਸਾਨ ਆ ਤੈਸ਼ੀ ਆ ਇਸ ਕਰਕੇ ਅਸੀਂ ਗੱਠ ਜੋੜ ਨਹੀਂ ਕੀਤਾ ਕਾਰਨ ਭਾਵੇਂ ਕੁਝ ਵੀ ਰਹੇ ਹੋਣਾ ਠੀਕ ਹੈ ਪਰ ਕਹਿਣ ਨੂੰ ਇੱਕ ਗੱਲ ਗੱਲ ਜ਼ਰੂਰ ਮਿਲਦੀ ਪਰ ਕਿਸਾਨ ਜਿਹੜਾ ਜਵਾਬ ਜ਼ਰੂਰ ਪੁੱਛਣਗੇ ਬਿਲਕੁਲ ਲੰਬਾ ਸਵਾ ਹੋ ਗਿਆ ਤੁਸੀਂ ਵੀ ਜਿਹੜਾ ਕੇਂਦਰ ਦੇ ਭਾਈਵਾਸੀ ਰਪਾਣਾ ਜੀ ਸਮਾ ਬਹੁਤ ਘਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਦਰਸ਼ਕੋ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਕੱਲ ਜਿਹੜਾ ਹੈ ਕੁਝ ਜਿਹੜੇ ਉਮੀਦਵਾਰ ਐ ਚੁੱਕੇ ਨੇ ਕਾਲੀ ਦਲ ਉਸ ਤੇ ਵੀ ਜਿਹੜਾ ਜ਼ਿਕਰ ਕਰਾਂਗੇ ਜਿਹੜੀ ਅੱਜ ਜਿਹੜੀ ਸਾਡੀ ਰਿਪੋਰਟ ਬਣਾਈ ਆ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਜ਼ਰੂਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਤਾਂ ਜੋ ਅਸੀਂ ਅਗਲੀ ਜਿਹੜੀ ਰਿਪੋਰਟ ਆਉ ਹੋਰ ਵਧੀਆ ਤਰੀਕੇ ਨਾਲ ਬਣਾ ਸਕੀਏ ਤੇ ਲੋਕਾਂ ਨੂੰ ਜਿਹੜਾ ਉਹ ਪਿਆਰ ਆ ਉਹ ਦੇ ਸਕੀਏ ਮੈਨੂੰ ਤੇ ਇਜਾਜ਼ਤ ਧੰਨਵਾਦ